ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਹਰੋਂ ਤਹਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਹਾਜ਼ਰਾ ਹਜ਼ੂਰ ਗੁਰੂ, ਵੱਡੇ ਸਮਰੱਥ ਗੁਰੂ, ਸੱਚੇ ਪਾਤਸ਼ਾਹ, ਗਰੀਬ ਨਵਾਜ, ਅੰਤਰਜਾਮੀ, ਲੋਕ ਪ੍ਰਲੋਕ ਵਿੱਚ ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਫਿਰ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਈਮਾਨ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ, ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਆਪ ਜੀ ਨੇ ਪਿਆਰ ਦੇ ਨਾਲ ਸਰਵਣ ਕੀਤਾ, ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਕਲਗੀਧਰ ਸਵਾਮੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ, ਆਓ ਕਲਗੀਧਰ ਸਾਹਿਬ ਜੀ ਦੇ ਚਰਨਾਂ ਨਾਲ ਸਾਡੀਆਂ ਸੁਰਤੀਆਂ ਜੁੜ ਜਾਣ, ਉਹਦੇ ਵਾਸਤੇ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਜ਼ੂਰ ਗਰੀਬ ਨਵਾਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਸੱਜੇ ਨੇ, ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਬ੍ਰਾਹਮਣ ਦੀ ਪਤਨੀ ਨੂੰ ਛੁਡਵਾਇਆ, ਪਠਾਨ ਨੂੰ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਹਾਜ਼ਰ ਕੀਤਾ,
ਸਤਿਗੁਰੂ ਜੀ ਨੇ ਅੱਧਾ ਜ਼ਮੀਨ ਦੇ ਵਿੱਚ ਗੱਡ ਕੇ ਤੀਰਾਂ ਦਾ ਵਾਰ ਕਰਵਾ ਕੇ ਸਜਾ ਦਿੱਤੀ ਅਤੇ ਉਹ ਮਰ ਗਿਆ ਜੀ। ਆਸੇ ਪਾਸੇ ਗੁਰੂ ਜੀ ਦੀ ਕੀਰਤੀ ਦਾ ਜਸ ਫੈਲਿਆ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦੁਖੀਆਂ ਪਾਪੀਆਂ ਨੂੰ ਸਜਾ ਦਿੰਦੇ ਆ। ਸਾਧ ਸੰਗਤ ਜੀ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਪਾਪੀ ਨੂੰ ਮਾਰਨ ਵਾਸਤੇ ਉਹਦਾ ਪਾਪ ਹੀ ਬਹੁਤ ਹੈ, ਪਾਪ ਹੀ ਉਹਦਾ ਉਹਨੂੰ ਮੌਤ ਤੱਕ ਖਿੱਚ ਕੇ ਲੈ ਆਉਂਦਾ ਹੈ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਜਸ ਬਹੁਤ ਹੋ ਰਿਹਾ, ਸਤਿਗੁਰੂ ਜੀ ਦੀ ਕੀਰਤੀ ਬਹੁਤ ਵੱਧ ਰਹੀ ਹੈ। ਪਰ ਜਿਵੇਂ ਦਾਸ ਨੇ ਕੱਲ੍ਹ ਵੀ ਦੱਸਿਆ ਸੀਗਾ, ਜਦੋਂ ਸੂਰਜ ਚੜ੍ਹ ਜਾਂਦਾ ਹੈ ਨਾ ਜੀ, ਅਤੇ ਸੰਗਤ ਜੀ, ਉਹ ਸੂਰਜ ਬਹੁਤ ਸਾਰਿਆਂ ਨੂੰ ਸੁੱਖ ਦਿੰਦਾ ਹੈ, ਪਰ ਕੁਝ ਉੱਲੂ ਹੁੰਦੇ ਨੇ, ਉਹਨਾਂ ਉੱਲੂਆਂ ਨੂੰ ਸੂਰਜ ਚੰਗਾ ਨਹੀਂ ਲੱਗਦਾ ਜੀ। ਸਤਿਗੁਰੂ ਜੀ ਦਾ ਜਸ ਬਹੁਤ ਵੱਡਾ ਹੈ। ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਦਾ ਜਸ ਸੁਣ ਕੇ, ਜਸ ਵੇਖ ਕੇ ਬੜੀ ਸ਼ਾਂਤੀ ਮਿਲ ਰਹੀ ਹੈ, ਪਰ ਉਹ ਜਿਹੜੇ ਉੱਲੂ ਨੇ, ਉਹ ਪਹਾੜੀ ਰਾਜੇ ਜਿਹੜੇ ਗੁਰੂ ਸਾਹਿਬ ਨਾਲ ਈਰਖਾ ਕਰਦੇ ਹੈ, ਗੁਰੂ ਸਾਹਿਬ ਜੀ ਦੇ ਨਾਲ ਈਰਖਾ ਕਰਨ ਕਰਕੇ ਉਹ ਗੁਰੂ ਸਾਹਿਬ ਜੀ ਦੀ ਸਿਫਤ ਸੁਣ ਸੁਣ ਕੇ ਦੁਖੀ ਹੋਈ ਜਾਂਦੇ ਹੈ। ਹੈਂ, ਮਹਾਰਾਜ ਨੂੰ ਆਹ ਪਦਾਰਥ ਆਇਆ, ਸਤਿਗੁਰੂ ਜੀ ਨੂੰ ਇਹ ਪਦਾਰਥ ਆਇਆ, ਵੇਖ ਵੇਖ ਕੇ ਸੁਣ ਸੁਣ ਕੇ ਬੜਾ ਦੁਖੀ ਹੁੰਦੇ ਹੈ। ਦੁਖੀ ਹੋ ਹੋ ਕੇ ਭੀਮ ਚੰਦ ਆਪਣੇ ਮਨ ਵਿੱਚ ਝੂਰਦਾ ਰਹਿੰਦਾ ਹੈ ਜੀ। ਜਿਹੜੀ ਈਰਖਾ ਹੈ ਸੰਗਤ ਜੀ, ਈਰਖਾ ਲੂ ਬੰਦਾ ਕਦੀ ਸੁਖੀ ਨਹੀਂ ਹੋ ਸਕਦਾ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ, ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਮਨ ਵਿੱਚੋਂ ਈਰਖਾ ਕੱਢ ਦਿਓ ਜੀ। ਹਾਂਜੀ, ਈਰਖਾਲੂ ਬੰਦਾ ਆਪ ਵੀ ਸੜਦਾ ਰਹਿੰਦਾ ਅਤੇ ਦੂਜੇ ਨੂੰ ਵੀ ਸਾੜਦਾ ਰਹਿੰਦਾ ਹੈ ਜੀ। ਮੈਨੂੰ ਕਿਸੇ ਬੜੇ ਸਿਆਣੇ ਪੁਰਸ਼ ਨੇ ਆਖਿਆ, ਕਹਿਣ ਲੱਗੇ, ਜਿਹੜੀ ਤਿੱਲੀ ਹੈ ਉਹ ਪਹਿਲਾਂ ਆਪ ਸੜਦੀ ਫਿਰ ਦੂਜੇ ਨੂੰ ਸਾੜਦੀ ਹੈ ਜੀ। ਗੈਸ ਬਾਲਦੇ ਹੋ ਤੁਸੀਂ, ਕਈ ਲੈਟਰ ਨਾਲ ਬਾਲਦੇ ਹੋਣਗੇ, ਕਈ ਮਾਚਿਸ ਨਾਲ ਬਾਲਦੇ ਹੋਣਗੇ। ਤਿੱਲੀ ਨੇ ਦੂਜੇ ਨੂੰ ਸਾੜਨਾ ਹੈ, ਪਰ ਤਿੱਲੀ ਨੇ ਦੂਜੇ ਨੂੰ ਸਾੜਨ ਤੋਂ ਪਹਿਲਾਂ ਆਪ ਸੜਨਾ ਹੈ ਜੀ। ਆਪ ਦੁਖੀ ਹੋਏਗਾ ਬੰਦਾ, ਫਿਰ ਦੂਜੇ ਨੂੰ ਦੁਖੀ ਕਰੇਗਾ ਜੀ। ਭੀਮ ਚੰਦ ਦੇ ਅੰਦਰ ਈਰਖਾ ਮੱਚ ਰਹੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਅਟੱਲ ਫੈਸਲਾ, ਜਿਸੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਹਦਾ ਨਹੀਂ ਭਲਾ ਹੋ ਸਕਦਾ। ਉਸ ਦੇ ਆਖਿਆ ਕੋਈ ਨਾ ਲੱਗਿਆ, ਨਿਤ ਉਜਾੜੀ ਪੁਕਾਰੇ ਖਲਾ। ਹਜ਼ੂਰ ਗਰੀਬ ਨਵਾਜ ਜੀ ਦੇ ਨਾਲ ਭੀਮ ਚੰਦ ਈਰਖਾ ਦੀ ਹੱਦ ਕਰੀ ਜਾਂਦਾ ਹੈ। ਬਹੁਤ ਸਾਰੇ ਪਹਾੜੀ ਰਾਜੇ ਭੀਮ ਚੰਦ ਨੇ ਇਕੱਠੇ ਕਰ ਲਏ, ਭਾਈ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਹਮਲਾ ਕਰੀਏ, ਆਪਾਂ ਕੋਈ ਵਿਚਾਰ ਬਣਾਓ, ਕੋਈ ਸਲਾਹ ਕਰੀਏ, ਕਿਉਂ ਉਹਨਾਂ ਦੀ ਦਿਨੋ ਦਿਨ ਕੀਰਤੀ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਈਰਖਾਲੂ ਬੰਦਾ ਛੋਟੀਆਂ ਮੋਟੀਆਂ ਗੱਲਾਂ ਆਪੇ ਲੱਭੀ ਆਉਂਦਾ ਹੁੰਦਾ ਹੈ ਜੀ। ਕੁਝ ਕਹਿ ਦਿੱਤਾ, ਵੇਖੋ ਉਸ ਤੁਰਕ ਨੂੰ ਕਿਵੇਂ ਡੰਡ ਦਿੱਤਾ। ਹੁਣ ਇਹ ਗੱਲ ਸਾਧ ਸੰਗਤ ਜੀ ਤੁਸੀਂ ਖੁਦ ਸੋਚੋ, ਲੋਕ ਰਾਜਿਆਂ ਕੋਲੋਂ ਜਾਣਾ ਹਟ ਗਏ ਅਤੇ ਸਤਿਗੁਰੂ ਜੀ ਦੇ ਕੋਲ ਆਉਣਾ ਸ਼ੁਰੂ ਹੋ ਗਏ, ਰਾਜੇ ਤਾਂ ਆਪੇ ਦੁਖੀ ਹੋਣਗੇ ਵੀ ਹੁਣ ਸਾਡੇ ਕੋਲ ਨਿਆਂ ਹੀ ਨਹੀਂ ਕੋਈ ਕਰਾਉਣ ਆਉਂਦਾ, ਜਿਹੜਾ ਵੀ ਆ ਉਹ ਸਤਿਗੁਰੂ ਜੀ ਕੋਲ ਜਾਂਦਾ ਹੈ। ਗੱਜ ਕੇ ਆਖੋ, ਰਾਜੇ ਅੰਦਰੋਂ ਅੰਦਰ ਦੁਖੀ ਹੋ ਗਏ ਸੀਗੇ। ਭੀਮ ਚੰਦ ਦੇ ਕਹਿਣ ਉੱਤੇ ਸਾਰੇ ਰਾਜੇ ਕਹਿਲੂਰ ਰਿਆਸਤ ਵਿੱਚ ਇਕੱਠੇ ਹੋਏ। ਕਹਿਲੂਰ ਰਿਆਸਤ ਵਿੱਚ ਇਕੱਠੇ ਹੋ ਕੇ ਸਭ ਰਾਜੇ ਗੁਰੂ ਜੀ ਦੇ ਖਿਲਾਫ ਮੀਟਿੰਗਾਂ ਕਰਨ ਲੱਗ ਪਏ ਜੀ। ਇਕੱਠੇ ਹੋ ਕੇ ਮੀਟਿੰਗਾਂ ਕਰਦੇ ਹੈ। ਮੈਂ ਦਾਸ ਨੇ ਬਹੁਤ ਸਾਰੇ ਬਚਨ ਜਿਹੜੇ ਉਹ ਬੋਲਦੇ ਆ ਨਾ ਜੀ, ਗੁਰੂ ਸਾਹਿਬ ਦੇ ਪਰਥਾਏ, ਉਹ ਛੱਡ ਦਿੱਤੇ ਨੇ ਜੀ। ਉਹ ਮੈਂ ਤੁਹਾਨੂੰ ਦੱਸ ਦਿੰਦਾ, ਬੋਲਣ ਨੂੰ ਬੋਲੇ ਵੀ ਜਾ ਸਕਦੇ ਆ, ਪਰ ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਗੁਰੂ ਜੀ ਦਾ ਜਸ ਸੁਣਿਆ ਕਰੀਏ। ਇਹ ਜਿਹੜੇ ਬੋਲ ਉਹਨਾਂ ਨੇ ਗੁਰੂ ਸਾਹਿਬ ਦੇ ਬਾਰੇ ਬੋਲੇ ਆ, ਮੈਂ ਸਟੇਜ 'ਤੇ ਚੜ੍ਹ ਕੇ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੋਲਾਂ ਅਤੇ ਤੁਸੀਂ ਸੁਣੀ ਚੱਲੋ, ਉਹਦੇ ਨਾਲ ਸਾਨੂੰ ਪ੍ਰਾਪਤੀ ਕੋਈ ਨਹੀਂ ਹੋਏਗੀ ਜੀ। ਬਸ ਇੰਨਾ ਦੱਸ ਦਿੱਤਾ ਵੀ ਸਾਧ ਸੰਗਤ ਜੀ ਬੜੇ ਬੁਰੇ ਬੁਰੇ ਬੋਲ ਉਹ ਇਕੱਠੇ ਹੋ ਕੇ ਗੁਰੂ ਸਾਹਿਬ ਬਾਰੇ ਬੋਲਦੇ ਸੀਗੇ ਜੀ। ਈਰਖਾਲੂਆਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸਾਧ ਸੰਗਤ ਜੀ, ਉਹ ਫੋਕੀਆਂ ਹੁੰਦੀਆਂ, ਕੋਈ ਰਸ ਨਹੀਂ ਹੁੰਦਾ ਜੀ। ਹਾਂਜੀ, ਐਵੇਂ ਹੀ ਮੱਚੀ ਜਾਣਾ ਜੀ, ਕਰ ਕੁਝ ਨਹੀਂ ਸਕਣਾ ਜੀ, ਮੱਚੀ ਜਾਣਾ ਅਤੇ ਕਰ ਕੁਝ ਨਾ ਸਕਣਾ ਜੀ। ਭੀਮ ਚੰਦ ਬਹੁਤ ਵੱਡੀਆਂ ਫੌਜਾਂ ਸਿਪਾਹੀ ਰਾਜੇ ਇਕੱਠੇ ਕਰੀ ਬੈਠਾ,
ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿਚਾਰ ਕੀਤੀ ਜੀ। ਜਿਹੜਾ ਭੂਪ ਚੰਦ ਹੰਡੂਰੀਆ ਰਾਜਾ ਸੀਗਾ ਨਾ ਜੀ, ਉਹ ਰਾਜਾ ਕਹਿੰਦਾ ਹੈ, ਭੀਮ ਚੰਦ ਜੀ ਤੁਸੀਂ ਕਹਿੰਦੇ ਹੋ ਬਾਦਸ਼ਾਹ ਔਰੰਗਜ਼ੇਬ ਦੀ ਸਹਾਇਤਾ ਲਈਏ, ਪਰ ਬਾਦਸ਼ਾਹ ਔਰੰਗਜ਼ੇਬ ਤੋਂ ਪਹਿਲਾਂ ਇੱਕ ਵਾਰੀ ਅਸੀਂ ਆਪ ਵੀ ਲੜ ਕੇ ਵੇਖੀਏ, ਜੇ ਆਪ ਹਾਰ ਗਏ ਫਿਰ ਕੁਝ ਸੋਚਾਂਗੇ। ਆਖਰ ਉਹ ਬੰਦਾ ਰਾਜਾ ਨਹੀਂ ਹੁੰਦਾ ਜਿਹੜਾ ਕਿਸੇ ਤੋਂ ਡਰ ਕੇ ਦੂਜੇ ਰਾਜੇ ਦੀ ਸ਼ਰਨ ਵਿੱਚ ਚਲੇ ਜਾਏ। ਅਤੇ ਬਾਕੀ ਭੀਮ ਚੰਦ ਕਹਿੰਦਾ ਭਾਈ ਕੀ ਮਰੀਏ ਕੀ ਕਰੀਏ, ਆਪਾਂ 100 ਸਿੰਘ ਮਾਰਦੇ ਹਾਂ, ਹਜ਼ਾਰਾਂ ਹੀ ਕੇਸਾਧਾਰੀ ਹੋਰ ਪੈਦਾ ਹੋ ਜਾਂਦੇ ਆ ਅੱਜ ਕੇ ਆਖੋ, 100 ਨੂੰ ਮਾਰਦੇ ਹਾਂ, 1000 ਕੇਸ ਰੱਖ ਕੇ ਹੋਰ ਤਿਆਰ ਹੋ ਜਾਂਦੇ ਆ, ਸ਼ਸਤਰਧਾਰੀ ਹੋ ਜਾਂਦੇ ਆ। ਮਹਾਰਾਜ ਦਾ ਪ੍ਰਭਾਵ ਹੀ ਇੰਨਾ ਸੀਗਾ ਸਾਧ ਸੰਗਤ ਜੀ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦਾ ਹੁੰਦਾ ਸੀ ਨਾ ਜੀ, ਉਹ ਮਹਾਰਾਜ ਦਾ ਹੀ ਹੋ ਕੇ ਰਹਿ ਜਾਂਦਾ ਸੀਗਾ ਜੀ। ਬੜੀ ਲੰਮੀ ਵਿਚਾਰ ਕਰਨ ਤੋਂ ਬਾਅਦ ਵਿਚਾਰ ਇੱਥੇ ਪਹੁੰਚ ਗਈ ਵੀ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਹੋਰ ਗੁਰੂ ਸਾਹਿਬ ਉੱਤੇ ਹਮਲਾ ਕਰ ਦਈਏ ਜੀ। ਸਭ ਰਾਜੇ ਮਨਾ ਮਨਾ ਵਿੱਚ ਤਿਆਰ ਹੋ ਗਏ ਹੈ, ਇਹਨਾਂ ਨੇ ਸਾਰਿਆਂ ਨੇ ਮਿਲ ਕੇ ਮਤਾ ਪਕਾਇਆ, ਸਲਾਹ ਬਣਾ ਲਈ ਹੈ। ਸਾਧ ਸੰਗਤ ਜੀ ਇਹ ਇਸੇ ਤਰ੍ਹਾਂ ਭੀਮ ਚੰਦ ਦੇ ਸੰਗੀ ਸਾਰੇ ਦੁੱਖਾਂ ਵਿੱਚ ਘਿਰੇ ਪਏ, ਸਤਿਗੁਰੂ ਜੀ ਉੱਤੇ ਹਮਲਾ ਕਰਨ ਦੀ ਇਹਨਾਂ ਨੇ ਵਿਚਾਰ ਬਣਾ ਲਈ ਹੈ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਬੜੇ ਪਿਆਰ ਨਾਲ ਸਾਰੀ ਸੰਗਤ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਕਹੋ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੱਜ ਕੇ ਆਖੋ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਸਤਨਾਮ ਸ੍ਰੀ ਵਾਹਿਗੁਰੂ ਜੀ। ਇਤਿਆਦਕ ਮਿਲ ਮਸਲਤ ਕਰੀ, ਇਸ ਤਰੀਕੇ ਨਾਲ ਪਹਾੜੀ ਰਾਜਿਆਂ ਨੇ ਫਿਰ ਮਿਲ ਕੇ ਮੀਟਿੰਗ ਕੀਤੀ ਹੈ। ਉਰਕ ਲਰਨ ਹੇਤ ਬੁੱਧ ਧਰੀ, ਅਖੀਰ ਤੇ ਤਤ ਜਿਹੜਾ ਕੱਢਿਆ ਉਹ ਫਿਰ ਇਹਨਾਂ ਕੱਢਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਮੁੜ ਜੰਗ ਕਰੀਏ। ਸਕਲ ਸਮਾਜ ਤਿਆਰ ਕੋ ਕੀਨ, ਸਾਰਾ ਸਾਜੋ ਸਮਾਨ ਜੰਗ ਵਾਸਤੇ ਪਹਾੜੀ ਰਾਜਿਆਂ ਨੇ ਸਾਧ ਸੰਗਤ ਜੀ ਮੁੜ ਤਿਆਰ ਕਰ ਲਿਆ। ਗੁਲਕਾਂ ਅਰ ਬਰੂਦ ਭਰ ਲੀਨ, ਗੋਲੀਆਂ ਬਰੂਦ ਸਾਰਾ ਕੁਝ ਤਿਆਰ ਕਰ ਲਿਆ, ਖਾਲਸੇ ਦੇ ਉੱਤੇ ਜਾ ਕੇ ਹਮਲਾ ਕਰਨਾ ਹੈ। ਸਤਿਗੁਰ ਕੇ ਢਿੱਗ ਲਿਖੇ ਪਠਾਏ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕੋ ਚਿੱਠੀ ਲਿਖ ਕੇ ਭੇਜੀ ਹੈ ਇਹਨਾਂ ਨੇ। ਹਾਂਜੀ, ਅਬ ਲੋ ਟਰੇ ਰਹੇ ਗਮ ਖਾਏ, ਚਿੱਠੀ ਵਿੱਚ ਕੀ ਲਿਖਿਆ ਵੀ ਹੁਣ ਤੱਕ ਸਹਾਰਾ ਨਾ ਹੋਣ ਕਰਕੇ ਅਸੀਂ ਟਲੇ ਰਹੇ ਆ। ਹਾਂਜੀ, ਨਿਤ ਬਿਗਾਰ ਕਰ ਸਿੰਘ ਸੰਧਾਰੇ, ਐਵੇਂ ਹੀ ਗੱਲਾਂ ਲਿਖੀਆਂ, ਕਹਿੰਦੇ ਸਿੰਘ ਆਉਂਦੇ ਆ ਸਾਡੇ ਇਲਾਕੇ ਵਿੱਚੋਂ ਮਾਲ ਇਕੱਠਾ ਕਰਕੇ ਲੈ ਜਾਂਦੇ ਆ। ਬਲਕਿ ਸਾਧ ਸੰਗਤ ਜੀ ਲੋਕ ਤੇ ਆਪ ਹੀ ਸਿੰਘਾਂ ਨੂੰ ਸੱਦ ਕੇ ਬੜੇ ਖੁਸ਼ ਹੁੰਦੇ ਸਨ, ਕਈ ਹੁੰਦੇ ਸੀ ਇਹਨਾਂ ਦੇ ਚਮਚੇ ਜਿਹੜੇ ਦੁਖੀ ਹੁੰਦੇ ਸੀ ਪਹਾੜੀਆਂ ਦੇ ਜੀ। ਹਾਂਜੀ, ਲੂਟ ਕੋਟ ਕਿਰਖ ਮਾਨਵ ਮਾਰੇ, ਤੁਮ ਨਾ ਟਰੋ ਹੇਰ ਹਮ ਹਾਰੇ, ਕਹਿੰਦੇ ਨਾ ਤੁਸੀਂ ਟਲਦੇ ਹੋ ਨਾ ਸਿੰਘ ਟਲਦੇ ਹੈ, ਹੁਣ ਤੁਸੀਂ ਜੇ ਨਾ ਟਲੇ। ਹਾਂਜੀ, ਅਬ ਬਾਜਹਿੰਗੇ ਲੋਹੋ ਕਰਾਰੇ, ਅਸੀਂ ਵੇਖ ਵੇਖ ਕੇ ਹਾਰ ਗਏ ਹਾਂ, ਹੁਣ ਲੋਹਾ ਖੜਕੇਗਾ ਮਹਾਰਾਜ, ਹੁਣ ਨਾ ਅਸੀਂ ਜੰਗ ਕਰਨ ਨੂੰ ਤਿਆਰ ਹਾਂ। ਨਾਹੇ ਤਾਂ ਇਤਕੋ ਪਾਏ ਨਾ ਫੇਰੇ, ਤੇ ਜੇ ਤੁਸੀਂ ਚਾਹੁੰਦੇ ਹੋ ਜੰਗ ਨਾ ਨਹੀਂ ਕਰਨੀ, ਫਿਰ ਇੱਕ ਗੱਲ ਦਾ ਚੇਤਾ ਰੱਖੋ, ਅਨੰਦਪੁਰ ਸਾਹਿਬ ਵਿੱਚ ਰਹੋ, ਸਾਡੇ ਕਿਸੇ ਵੀ ਰਿਆਸਤ ਵਿੱਚ ਮੁੜ ਪੈਰ ਨਹੀਂ ਪਾਉਣਾ। ਗੱਜ ਕੇ ਆਖੋ, ਮਾਣ ਹੈ ਨਾ ਵੀ ਇਹ ਥਾਂ ਸਾਡੀ ਹੈ, ਇਹ ਨਹੀਂ ਪਤਾ ਆ ਜਿਹੜੇ ਛੋਟੀ ਜਿਹੀ ਜਗ੍ਹਾ 'ਤੇ ਤੁਸੀਂ ਮਾਣ ਕਰਕੇ ਬੈਠੇ ਹੋ, ਅਤੇ ਖੰਡਾਂ ਪਰ ਭੰਡਾਂ ਦੇ ਮਾਲਕ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਹਾਂਜੀ, ਬੈਠੇ ਰਹੋ ਹਰਖ ਜੋਤ ਡੇਰੇ, ਹਰਖ ਜੋਤ ਖੁਸ਼ੀ ਦੇ ਨਾਲ ਕਹਿੰਦੇ ਆਪਣੇ ਡੇਰੇ ਵਿੱਚ ਬੈਠੇ ਰਹੋ, ਕਿਸੇ ਵੀ ਤਰੀਕੇ ਨਾਲ ਸਾਡੇ ਥਾਂ ਤੇ ਨਾ ਆਓ। ਹਾਂਜੀ, ਸਭਾ ਮਝਾਰ ਲਿਖਿਓ ਜਬ ਆਇਓ, ਇਹੋ ਭੀਮ ਚੰਦ ਚਿੱਠੀ ਲਿਖ ਕੇ ਮਹਾਰਾਜ ਨੂੰ ਕਹਿੰਦਾ ਸੀ, ਮਹਾਰਾਜ ਤੁਹਾਡਾ ਹੀ ਹੈ ਸਾਰਾ ਰਿਆਸਤ, ਸਾਰੀ ਤੁਹਾਡੀ ਹੈ, ਮਹਾਰਾਜ ਜਿੱਥੇ ਮਰਜ਼ੀ ਵਿਚਰੋ, ਜਾਣ ਕੇ ਜੰਗ ਕਰਨੀ ਹੈ, ਦਾ ਖੇਡ ਗਿਆ, ਹੁਣ ਪੁੱਠੀ ਚਿੱਠੀ ਲਿਖ ਕੇ ਭੇਜ ਦਿੱਤੀ ਹੈ। ਸਭਾ ਮਝਾਰ ਲਿਖਿਓ ਜਬ ਆਇਓ, ਸ਼੍ਰੀ ਕਲਗੀਧਰ ਸੋ ਪਡਵਾਇਓ, ਜਦੋਂ ਇਹ ਚਿੱਠੀ ਆਈ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਿੱਠੀ ਪੜਵਾਈ ਜੀ ਉਹ ਫਿਰ। ਹਾਂਜੀ, ਸ੍ਰੀ ਕਲਗੀਧਰ ਸੋ ਪੜਵਾਇਓ, ਹਜ਼ੂਰ ਮਹਾਰਾਜ ਸਿੱਖ ਨੂੰ ਕਹਿੰਦੇ ਭਾਈ ਪਹਾੜੀ ਰਾਜਿਆਂ ਦੀ ਚਿੱਠੀ ਆਈ ਹੈ,
ਪੜ੍ਹੋ, ਮਹਾਰਾਜ ਜਾਣਦੇ ਤਾਂ ਹੈਗੇ ਆ ਚਿੱਠੀ ਵਿੱਚ ਕੀ ਲਿਖਿਆ, ਪਰ ਸਾਰੇ ਸਿੰਘਾਂ ਨੂੰ ਪਤਾ ਲੱਗ ਜਾਵੇ, ਇਸ ਕਰਕੇ ਮਹਾਰਾਜ ਕਹਿੰਦੇ ਚਿੱਠੀ ਪੜ੍ਹ ਕੇ ਸੁਣਾਓ। ਹਾਂਜੀ, ਸਭ ਰਾਜ ਇਕੱਠੇ ਪੁੰਨ ਹੋਵੇ ਕੈ। ਚਿੱਠੀ 'ਚ ਕੀ ਲਿਖਿਆ? ਗੁਰੂ ਸਾਹਿਬ ਨੂੰ ਕਹਿੰਦੇ ਆ ਅਸੀਂ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਸੈਣ ਸਕੇਲੀ ਧਨ ਬਹੁਤ ਦੇ ਕੇ, ਅਸੀਂ ਬਹੁਤ ਜ਼ਿਆਦਾ ਸੈਨਾ ਹੁਣ ਇਕੱਠੀ ਕਰ ਲਈ ਹੈ ਗੁਰੂ ਜੀ। ਹਾਂਜੀ, ਚਾਹਤ ਲੜਿਓ ਫੇਰ ਤੁਮ ਸੰਗ, ਅਸੀਂ ਮੁੜ ਲੜਨਾ ਚਾਹੁੰਦੇ, ਜਾਂ ਤਾਂ ਇੱਧਰ ਪੈਰ ਨਾ ਪਾਓ ਅਤੇ ਜਾਂ ਫਿਰ ਜੰਗ ਕਰੋ, ਅਸੀਂ ਫਿਰ ਤੁਹਾਡੇ ਨਾਲ ਜੰਗ ਕਰਨਾ ਚਾਹੁੰਦੇ ਹਾਂ। ਹਾਂਜੀ, ਰਣ ਪ੍ਰੇ ਸੁਣ ਕੇ ਨਿਰਪਨ ਕੁਟੰਗ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਸ ਤਰ੍ਹਾਂ ਦੀ ਗੱਲ ਲਿਖੀ, ਬੜੀ ਭੈੜੀ ਨੀਤੀ ਨਾਲ ਗੱਲ ਲਿਖੀ ਜੀ ਇਹਨਾਂ ਨੇ। ਹਾਂਜੀ, ਲਿਖਵਾਇਓ ਉੱਤਰ ਤਤਕਾਲਾ, ਮਹਾਰਾਜ ਨੇ ਸੁਣੀ ਸਾਰੀ ਗੱਲ ਅਤੇ ਹੁਣ ਨਾ ਸਾਵਧਾਨ ਹੋ ਕੇ ਅਤੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ 'ਤੇ ਇੱਕ ਭਜਨ ਕਰਨ 'ਤੇ ਕਾਇਰ ਸੂਰਮੇ ਬਣ ਜਾਂਦੇ ਆ, ਅਤੇ ਮਹਾਰਾਜ ਆਪ ਕਿੰਨੇ ਵੱਡੇ ਹੋਣਗੇ ਸਾਧ ਸੰਗਤ ਜੀ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਦੋਂ ਚਿੱਠੀ ਪੜ੍ਹੀ ਨਾ ਉਹਨਾਂ ਦੀ ਸੁਣੀ, ਮਹਾਰਾਜ ਨੇ ਤਤਕਾਲ ਉੱਤਰ ਲਿਖਵਾਇਆ ਸੂਰਮਿਆਂ ਵਾਲੀ ਬੋਲੀ। ਹਾਂਜੀ, ਗਿਰ ਦੇਸਨ ਕੋ ਰਾਜ ਵਿਸਾਲਾ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਲਿਖੋ ਭਾਈ ਪਹਾੜੀ ਰਾਜਿਆਂ ਨੂੰ ਸਾਡੇ ਵੱਲੋਂ ਉੱਤਰ। ਹਾਂਜੀ, ਕਰੇ ਅਖੇਰ ਬ੍ਰਿਤ ਜਬ ਹੈ ਜੈ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਖੋ ਪਹਾੜੀ ਰਾਜਿਓ, ਜਦੋਂ ਸਾਡਾ ਜੀ ਕਰੇਗਾ ਅਸੀਂ ਉਦੋਂ ਸ਼ਿਕਾਰ ਖੇਡਣ ਜਾਵਾਂਗੇ। ਮਹਾਰਾਜ ਕਹਿੰਦੇ ਜਿਸ ਮਰਜ਼ੀ ਥਾਂ 'ਤੇ ਜਾਵਾਂਗੇ, ਛਲ ਕਰਦੇ ਨੇ ਪਹਿਲਾਂ ਆਪ ਚਿੱਠੀ ਲਿਖਦੇ ਮਹਾਰਾਜ ਜਿੱਥੇ ਮਰਜ਼ੀ ਵਿਚਰੋ, ਹੁਣ ਜੇ ਮਹਾਰਾਜ ਵਿਚਰਦੇ ਹੈ ਤਾਂ ਹੁਣ ਆਪ ਹੀ ਚਿੱਠੀ ਲਿਖ ਦਿੰਦੇ ਪੈਰ ਨਾ ਪਾਇਓ ਜੰਗ ਕਰਾਂਗੇ, ਜੇ ਮਹਾਰਾਜ ਜਾਣਾ ਬੰਦ ਹੋਣ ਫਿਰ ਕਹਿਣਗੇ ਡਰ ਗਏ ਆ ਸਾਡੇ ਤੋਂ। ਜੇ ਕੋਈ ਪਿਆਰ ਵਾਲਾ ਆਵੇ ਨਾ ਸਤਿਗੁਰੂ ਉਹੋ ਜਿਹੇ ਬਣ ਜਾਂਦੇ, ਅਤੇ ਜੇ ਕੋਈ ਇਹੋ ਜਿਹਾ ਵਿਗੜਿਆ ਤਿਗੜਿਆ ਆਵੇ ਫਿਰ ਮਹਾਰਾਜ ਉਹੋ ਜਿਹਾ ਕੰਮ ਕਰਨਾ ਪੈਂਦਾ ਗੁਰੂ ਸਾਹਿਬ ਨੂੰ। ਤੁਸੀਂ ਸੁਣੀ ਨਾ ਰਾਮ ਦੱਤ ਦੀ ਕਥਾ, ਮਹਾਰਾਜ ਬਾਂਹ ਫੜ ਕੇ ਕਿੰਨਾ ਚਿਰ ਵਿਚਰਦੇ ਰਹੇ, ਉਹ ਕਹਿੰਦਾ ਸੀ ਮੇਰੀ ਬਾਂਹ ਫੜੋ, ਮਹਾਰਾਜ ਉਹੋ ਜਿਹੇ ਬਣ ਗਏ। ਹੁਣ ਇਹਨਾਂ ਨੂੰ ਸੂਰਮਿਆਂ ਵਾਲਾ ਉੱਤਰ ਲਿਖ ਕੇ ਮਹਾਰਾਜ ਨੇ ਭੇਜਣਾ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਕਰਹੇ ਅਖੇਰ ਬ੍ਰਿਤ ਜਬ ਜੈ ਹੈ, ਮਹਾਰਾਜ ਕਹਿੰਦੇ ਜਦੋਂ ਸਾਡਾ ਜੀ ਕਰੇਗਾ ਅਸੀਂ ਉਦੋਂ ਸ਼ਿਕਾਰ 'ਤੇ ਜਾਵਾਂਗੇ। ਕੋ ਯਾਰ ਪਰੇ ਤਾਂ ਸਿੰਘ ਲਰੇ ਹੈ, ਅਤੇ ਜੇ ਕੋਈ ਅੜੇਗਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਸਿੰਘ ਝਾੜਨਗੇ ਵੀ ਉਹਨੂੰ। ਹਾਂਜੀ, ਫਿਰ ਤਾਂ ਦੂਨ ਮੈਂ ਦੇਖ ਨਾ ਸਕੋ, ਮਹਾਰਾਜ ਕਹਿੰਦੇ ਅਸਲ ਵਿੱਚ ਚੱਕਰ ਇਹ ਹੈ ਤੁਸੀਂ ਦੂਣ ਵਿੱਚ ਤੁਰਦੇ ਫਿਰਦੇ ਸਾਡੇ ਸਿੰਘਾਂ ਨੂੰ ਵੇਖ ਕੇ ਨਹੀਂ ਜਰਦੇ, ਮਹਾਰਾਜ ਕਹਿੰਦੇ ਵੇਖ ਕੇ ਨਹੀਂ ਜਰਦੇ, ਈਰਖਾ ਕਰਦੇ ਹੋ ਸਾਡੇ ਸਿੰਘਾਂ ਨਾਲ। ਹਾਂਜੀ, ਨਾਹਕ ਜੰਗ ਕਰਨ ਕੋ ਤੱਕੋ, ਅਤੇ ਫਜ਼ੂਲ ਵਿੱਚ ਤੁਸੀਂ ਸਾਡੇ ਨਾਲ ਜੰਗ ਕਰਨਾ ਚਾਹੁੰਦੇ ਹੋ, ਅਸੀਂ ਤਾਂ ਕਦੀ ਨਹੀਂ ਤੁਹਾਨੂੰ ਕਿਹਾ ਅਸੀਂ ਤੁਹਾਡੇ ਨਾਲ ਜੰਗ ਕਰਨੀ ਚਾਹੁੰਦੇ ਹਾਂ। ਹਾਂਜੀ, ਕੋਇਤ ਕਹਾਂ ਤਰਾਸ ਕੋ ਧਾਰੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਹਿਣ ਲੱਗੇ ਜੇ ਤੁਸੀਂ ਚੜ੍ਹ ਕੇ ਆ ਰਹੇ ਹੋ ਨਾ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇੱਧਰ ਵੀ ਡਰਪੋਕ ਨਹੀਂ ਬੈਠੇ, ਮਹਾਰਾਜ ਕਹਿੰਦੇ ਇੱਧਰ ਵੰਗਾਂ ਨਹੀਂ ਪਾਈਆਂ ਕਿਸੇ ਨੇ ਹੱਥ ਵਿੱਚ। ਹਾਂਜੀ, ਬੈਠ ਰਹੇ ਨੇ ਵਹਿਰ ਪਧਾਰੇ, ਮਹਾਰਾਜ ਕਹਿੰਦੇ ਅਸੀਂ ਵੀ ਇੱਥੇ ਬੈਠੇ ਹਾਂ, ਜਿਹਦਾ ਜੀ ਕਰਦਾ ਆ ਜਾਓ, ਮਹਾਰਾਜ ਕਹਿੰਦੇ। ਹਾਂਜੀ, ਲੜਵੇ ਚਾਹੋ ਖਾਲਸਾ ਲੜੇ, ਜੇ ਤੁਸੀਂ ਲੜਨਾ ਚਾਹੁੰਦੇ ਹੋ ਨਾ ਤੇ ਖਾਲਸਾ ਲੜਨ ਵਾਸਤੇ ਤਿਆਰ ਹੈ, ਮਾਰਨ ਮਰਨ ਜੁੱਦ ਮਹਿਥਰੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਖਾਲਸਾ ਲੜੇਗਾ ਤੁਹਾਡੇ ਨਾਲ ਜੁੱਧ ਵਿੱਚ, ਆਓ। ਕਿਹੜਾ ਵੰਗਾਂ ਪਾਈਆਂ ਖਾਲਸੇ ਨੇ, ਮਹਾਰਾਜ ਕਹਿੰਦੇ ਲੋਹੇ ਦੇ ਸਰਬ ਲੋਹੇ ਦੇ ਕੜੇ ਪਵਾਏ ਆ, ਮਹਾਰਾਜ ਕਹਿੰਦੇ। ਹਾਂਜੀ, ਚੜ੍ਹੋ ਜੇ ਤੁਮ ਇਹ ਠਾਨ ਹੈ ਦੇਰ, ਦੇਖੋ ਪੁੰਨ ਭਰ ਕੇ ਭੱਟ ਫੇਰ, ਮਹਾਰਾਜ ਕਹਿੰਦੇ ਵੇਖ ਲਓ ਹੁਣ ਦੇਰ ਨਾ ਲਾਇਓ, ਮਹਾਰਾਜ ਕਹਿੰਦੇ ਤੁਹਾਡੇ ਸਵਾਗਤ ਦੀ ਪੂਰੀ ਤਿਆਰੀ ਰੱਖੀ ਹੈ ਅਸੀਂ ਵੀ। ਹਾਂਜੀ, ਲਿਖਿਆ ਗੁਰੂ ਕੋ ਪਹੁੰਚਿਓ ਜਾਏ, ਸਤਿਗੁਰੂ ਜੀ ਦਾ ਵੀਰ ਰਸ ਭਰਿਆ ਉੱਤਰ ਸਾਧ ਸੰਗਤ ਜੀ ਮੁੜ ਪਹਾੜੀਆਂ ਦੇ ਕੋਲ ਪਹੁੰਚਿਆ। ਹਾਂਜੀ, ਪਠਵਾਇਓ ਸੁਣ ਸਭ ਗਿਰ ਰਾਏ, ਤੇ ਪਹਾੜੀ ਰਾਜਿਆਂ ਨੇ ਮਹਾਰਾਜ ਜੀ ਦਾ ਉੱਤਰ ਪੜਵਾਇਆ, ਇੱਕ ਜਣੇ ਨੇ ਪੜ੍ਹ ਕੇ ਸੁਣਾਇਆ, ਸਾਰੇ ਗਿਰ ਰਾਏ
ਪਹਾੜੀ ਰਾਜੇ ਜਿਹੜੇ ਸਨ ਉਹ ਸੁਣ ਕੇ ਸੈਲ ਸਕੇਲਣ ਕੀਨ ਸਤਿਆਰੀ, ਸਾਰਿਆਂ ਨੇ ਜੰਗ ਦੀ ਤਿਆਰੀ ਕਰ ਲਈ ਵੀ ਲੜਾਂਗੇ, ਗੱਜ ਕੇ ਆਖੋ ਇਹ ਦਿਮਾਗ ਖਰਾਬ ਹੋ ਗਿਆ ਜੀ, ਐਵੇਂ ਨਜਾਇਜ਼ ਹੀ ਜੰਗ ਕਰੀ ਜਾਂਦੇ ਗੁਰੂ ਜੀ ਦੇ ਨਾਲ। ਹਾਂਜੀ, ਅੱਬ ਹੋਏ ਠਾਠ ਟਰੇ ਨਾ ਟਾਰੀ, ਕਹਿਣ ਲੱਗੇ ਹੁਣ ਜੰਗ ਹੋਵੇਗਾ, ਮਹਾਰਾਜ ਦਾ ਠਾਠ ਟਾਲ ਦਿਆਂਗੇ। ਇਹਨਾਂ ਨੂੰ ਕੌਣ ਦੱਸੇ ਤੁਸੀਂ ਕਿ ਸਾਰੀ ਦੁਨੀਆਂ ਦੇ ਰਾਜੇ ਇਕੱਠੇ ਹੋ ਜਾਣ, ਉਹ ਸਤਿਗੁਰੂ ਦਾ ਠਾਠ ਨਹੀਂ ਟਾਲ ਸਕਦੇ ਜੀ। ਇਹ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ। ਹਾਂਜੀ, ਸਭ ਰਾਜਨ ਕੇ ਬਜੇ ਨਗਾਰੇ, ਸਾਰੇ ਰਾਜਿਆਂ ਨੇ ਆਪੋ ਆਪਣੇ ਨਗਾਰੇ ਵਜਵਾਏ। ਜੀਨ ਤੁਰੰਗਣ ਤਤਸ਼ਨ ਡਾਰੇ, ਘੋੜਿਆਂ ਤੇ ਕਾਠੀਆਂ ਪਾਈਆਂ ਸਾਰਿਆਂ ਨੇ। ਹਾਂਜੀ, ਮੁਜਰਾ ਸਭ ਸੁਬਟਨ ਕੋ ਪਇਓ, ਹਾਂਜੀ ਦਸ ਹਜ਼ਾਰ ਗਿਣਤੀ ਮਹਿ ਪਇਓ, ਸਭ ਸੂਰਬੀਰਾਂ ਦੀ ਗਿਣਤੀ ਕੀਤੀ, 10,000 ਘੋੜਸਵਾਰ ਸੈਨਿਕ ਖਾਲਸੇ ਦੇ ਉੱਤੇ ਟੁੱਟ ਕੇ ਪੈਣਗੇ ਆਨੰਦਪੁਰ ਸਾਹਿਬ ਆ ਕੇ। ਹਾਂਜੀ, ਛੱਡ ਆਨੰਦਪੁਰ ਕੀ ਦਿਸ਼ ਆਏ, ਐਵੇਂ ਹੀ ਪਹਾੜੀਏ ਲੜਨ ਵਾਸਤੇ ਸਾਧ ਸੰਗਤ ਜੀ ਮੁੜ ਸ੍ਰੀ ਆਨੰਦਪੁਰ ਸਾਹਿਬ ਨੂੰ ਆ ਗਏ। ਆਯੁੱਧ ਗਹੇ ਭਟਨ ਸਮਦਾਏ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕਈ ਤਰ੍ਹਾਂ ਦੇ ਸ਼ਸਤਰ ਫੜ ਕੇ ਲੈ ਕੇ ਆਏ। ਬੰਦਾ ਪੁੱਛੇ ਵੇਖੋ ਕਿੱਡੇ ਮੂਰਖ ਬੰਦੇ ਨੇ, ਮਹਾਰਾਜ ਤੁਹਾਨੂੰ ਕੀ ਕਹਿ ਰਹੇ ਆ, ਪਰ ਐਵੇਂ ਫਿਰ ਲੜਨ ਆ ਗਏ ਜੀ। ਹਾਂਜੀ, ਤੋਮਰ ਤੀਰ ਤੁਪਕ ਤਲਵਾਰ, ਬੜੇ ਨੇਜੇ ਤੀਰ ਬੰਦੂਕਾਂ ਤਲਵਾਰਾਂ, ਸਿਪਰ ਕਮਾਨ ਜਮ ਤਰਾ ਧਾਰ, ਢਾਲਾਂ ਸਾਧ ਸੰਗਤ ਜੀ ਕਿਰਪਾਨਾਂ ਧਨੁਸ਼ ਜਮ ਤਰਾਂ, ਇਹ ਸਾਰੇ ਸ਼ਸਤਰ ਲੈ ਕੇ ਫੌਜਾਂ ਜਿਹੜੀਆਂ ਪਹਾੜੀ ਰਾਜਿਆਂ ਦੀਆਂ ਉਹ ਆਨੰਦਪੁਰ ਸਾਹਿਬ ਨੂੰ ਤੁਰ ਪਈਆਂ। ਚੱਲ ਥੋੜੇ ਹੀ ਕੀਨਸ ਡੇਰੇ, ਥੋੜੀ ਅੱਗੇ ਚੱਲ ਕੇ ਇਹਨਾਂ ਨੇ ਡੇਰਾ ਕਰ ਲਿਆ, ਪੜਾ ਕਰ ਲਿਆ ਫੌਜਾਂ ਨੇ। ਸਕਲ ਸੰਭਾਰੇ ਜਿਸ ਜਿਸ ਕੇਰੇ, ਆਪੋ ਆਪਣੇ ਸੂਰਬੀਰ ਸਿਪਾਹੀ ਹਰ ਇੱਕ ਰਾਜੇ ਨੇ ਤਿਆਰ ਪਰ ਤਿਆਰ ਕਰ ਲਏ ਜੰਗ ਵਾਸਤੇ। ਸੁਧ ਸਤਿਗੁਰ ਪਹਿ ਤਤਸ਼ਨ ਆਈ, ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਅੰਤਰ ਜਾਮੀ, ਕਿਸੇ ਸੁੱਧ ਦੀ ਜ਼ਰੂਰਤ ਤਾਂ ਨਹੀਂ ਹੈ, ਪਰ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਫਿਰ ਇੱਕ ਸੂਈਆ ਸੁੱਧ ਦੇਣ ਵਾਸਤੇ ਆਇਆ, ਸੁੱਧ ਹੁੰਦਾ ਹੈ ਖਬਰ ਦੇਣ ਵਾਸਤੇ ਆਇਆ ਜੀ। ਹਾਂਜੀ, ਗਿਰਪਤ ਚੜ ਆਏ ਸਮਦਾਈ, ਮਹਾਰਾਜ ਪ੍ਰਭੂ ਜੀ ਸੱਚੇ ਪਾਤਸ਼ਾਹ ਪਹਾੜੀ ਰਾਜੇ ਮਹਾਰਾਜ ਮੁੜ ਚੜ ਕੇ ਆ ਗਏ ਆ ਸਾਰੇ। ਪਹੁੰਚੇ ਲਖੋ ਆਪਣੇ ਤੀਰ, ਮਹਾਰਾਜ ਕੁਝ ਸਮੇਂ ਵਿੱਚ ਆਪ ਜੀ ਸਮਝੋ ਵੀ ਉਹ ਸਾਡੇ ਕੋਲ ਆਨੰਦਪੁਰ ਸਾਹਿਬ ਪਹੁੰਚ ਜਾਣਗੇ, ਚੜ੍ਹਾਈ ਕਰ ਦੇਣਗੇ, ਹਮਲਾ ਕਰ ਦੇਣਗੇ। ਗਹੇ ਤੁਪਕ ਤੋਮਰ ਧਨ ਤੀਰ, ਮਹਾਰਾਜ ਸਾਰਿਆਂ ਨੇ ਬੰਦੂਕਾਂ ਨੇਜੇ ਧਨੁਸ਼ ਤੀਰ ਕਿਰਪਾਨਾਂ ਮਹਾਰਾਜ ਕਈ ਕੁਝ ਲੈ ਕੇ ਆਏ ਇਸ ਵਾਰੋ। ਸੁਣ ਸਤਿਗੁਰ ਤਿਆਰੀ ਕਰਵਾਈ, ਤੇ ਮਹਾਰਾਜ ਨੇ ਇੱਕੋ ਵਾਰੀ ਸਿੰਘਾਂ ਨੂੰ ਆਖਿਆ, ਮਹਾਰਾਜ ਕਹਿੰਦੇ ਫਿਰ ਤਿਆਰੀ ਕਰੋ ਜੰਗ ਦੀ। ਮਹਾਰਾਜ ਕਹਿੰਦੇ ਹਾਂਜੀ, ਗੁਲਕਾ ਅਰਬਰੂਦ ਸਮਦਾਈ, ਗੋਲੀਆਂ ਬੰਦੂਕਾਂ ਮਹਾਰਾਜ ਕਹਿੰਦੇ ਇਕੱਠੀਆਂ ਕਰ ਲਵੋ ਛੇਤੀ ਤੋਂ ਛੇਤੀ। ਲੈ ਲੈ ਸਿੰਘ ਧਰੇ ਉਤਸ਼ਾਹੂ, ਸਿੰਘ ਹਥਿਆਰ ਫੜ ਕੇ ਉਤਸ਼ਾਹ ਘਰ ਧਾਰਨ ਕਰਕੇ ਤਿਆਰ ਪਰ ਤਿਆਰ ਹੋ ਗਏ। ਹਾਂਜੀ, ਕਹੇ ਪ੍ਰਹਾਰੋ ਰਿਪਰਨ ਮਾਹੂ, ਹਜੂ ਇੱਕ ਦੂਜੇ ਨੂੰ ਕਹਿੰਦੇ ਸਨ ਹੁਣ ਆ ਜਾਣੇ ਕਿ ਬਾਰ ਬਾਰ ਪਹਾੜੀ ਰਾਜੇ ਸਾਡੇ ਤੇ ਹਮਲਾ ਕਰ ਦਿੰਦੇ ਆ। ਵੇਖੋ ਨਾ ਜੀ, ਤੁਸੀਂ ਆਪਣੇ ਘਰ 'ਚ ਬੈਠੇ ਹੋਵੋ, ਕੋਈ ਐਵੇਂ ਹੀ ਆਏ ਦਿਨ ਚੜ੍ਹ ਕੇ ਆ ਜੇ ਤੇ ਕਿੰਨੀ ਕੁ ਚੰਗੀ ਗੱਲ ਹੈ, ਕਿਤੇ ਇਹ ਆਏ ਦਿਨ ਹੀ ਚੜ੍ਹ ਕੇ ਆ ਜਾਂਦੇ ਪਹਾੜੀਏ। ਸਿੰਘ ਕਹਿੰਦੇ ਹੁਣ ਨਹੀਂ ਛੱਡਣੇ ਇਸ ਵਾਰ। ਹਾਂਜੀ, ਹੁਕਮ ਦੇਨ ਰਣਜੀਤ ਨਗਾਰਾ, ਦੇਹੋ ਬਜਾਏ ਦਲ ਹੋਵੇ ਸਭ ਤਿਆਰਾ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਖਾਲਸੇ ਦੇ ਬਚਨ ਸੁਣਦੇ ਆ ਤੇ ਮਹਾਰਾਜ ਗਰੀਬ ਨਵਾਜ ਬੜੇ ਪ੍ਰਸੰਨ ਹੁੰਦੇ ਵੀ ਖਾਲਸੇ ਦੇ ਅੰਦਰ ਬੜਾ ਉਤਸ਼ਾਹ ਹੈ ਜੰਗ ਦਾ ਭਾਈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਫਿਰ ਫੌਜਾਂ ਤਿਆਰ ਕਰਕੇ ਭੇਜਣੀਆਂ ਉਸ ਪਾਸੇ, ਆਪ ਵੀ ਸਤਿਗੁਰੂ ਜੀ ਨੇ ਜਾਣਾ ਪੈ ਪੂਰਾ ਪੂਰਾ ਤਿਆਰੀ ਦਾ ਨਗਾਰਾ ਵੱਜੇ, ਕਿਉਂ ਉੱਧਰ ਤੇ ਖੜਕ ਚੁੱਕੇ ਆ ਨਗਾਰੇ ਵੱਜ ਚੁੱਕੇ ਆ ਤੇ ਐਸੇ ਵੱਜੇ ਆ, ਉਹ ਇੱਕ ਪੜਾਅ ਵੀ ਪੂਰਾ ਕਰ ਗਏ ਆ। ਮਹਾਰਾਜ ਕਹਿੰਦੇ ਸਾਰਾ ਖਾਲਸਾ ਤਿਆਰ ਹੋਵੇ, ਤਿਆਰੀ ਦਾ ਨਗਾਰਾ ਵਜਾਓ। ਨਗਾਰ ਜੀ ਨੇ ਉਸੇ ਵੇਲੇ ਨਗਾਰਾ ਵਜਾਇਆ, ਸਕਲ ਖਾਲਸੇ ਘਰ ਧਾਰ ਅਸੀਂ, ਸਾਰੇ ਖਾਲਸੇ ਨੇ ਸਾਧ ਸੰਗਤ ਜੀ ਆਪਣੇ ਗਾਤਰੇ ਸ੍ਰੀ ਸਾਹਿਬਾਂ ਸਜਾ ਲੀਆਂ, ਸਿਪਰ ਸਮੇਤ ਤੁਰਕ ਕੱਟ ਕੱਸੀ, ਸਾਧ ਸੰਗਤ ਜੀ ਢਾਲਾਂ ਸਮੇਤ ਕਮਰ ਕੱਸੇ ਸਾਰੇ ਖਾਲਸੇ ਨੇ ਸਿੰਘਾਂ ਨੇ ਲਗਾ ਲਏ।
ਲੜਨ ਜਨਹ ਕੋ ਨਿਤ ਵਿਵਹਾਰ। ਖਾਲਸਾ ਨਿਤ ਲੜਦਾ ਹੈ ਜੰਗ ਖਾਲਦਾ ਖਾਲਸਾ ਸੋ ਜੋ ਕਰੇ ਨਿਤ ਜੰਗ। ਹਾਂਜੀ ਭਏ ਸਨਦ ਬੱਧ ਸਭ ਸਾਰੇ ਸਾਰੇ ਸੂਰ ਵੀਰ ਹੈ ਸਤਿਗੁਰੂ ਜੀ ਦਾ ਹੁਕਮ ਸੁਣ ਕੇ ਨਗਾਰੇ ਦੀ ਆਵਾਜ਼ ਸੁਣ ਕੇ ਜਿਹਨੂੰ ਨਹੀਂ ਪਤਾ ਉਹਨੇ ਵੀ ਸ਼ਸਤਰ ਸਜਾ ਲਏ। ਆਪ ਚੜੇ ਤਬ ਗੋਬਿੰਦ ਸਿੰਘ ਆਪ ਚੜੇ ਤਬ ਗੋਬਿੰਦ ਸਿੰਘ। ਭਾਈ ਸੰਤੋਖ ਸਿੰਘ ਜੀ ਤੋਂ ਕੁਰਬਾਨ ਜਾਈਏ ਹਜ਼ੂਰ ਗਰੀਬ ਨਵਾਜ਼ ਦਲ ਬਿਦਾਰ ਘੋੜੇ ਤੇ ਆਪ ਵੀ ਮਹਾਰਾਜ ਗਰੀਬ ਨਵਾਜ਼ ਜੀ ਘੋੜੇ ਤੇ ਚੜ ਗਏ ਜੰਗ ਵਿੱਚ ਜਾਣ ਵਾਸਤੇ। ਮਤ ਗਜਨ ਪਰ ਜਿਮ ਕੁੱਪ ਸਿੰਘ ਕਹਿਣ ਲੱਗੇ ਮਸਤ ਹਾਥੀਆਂ ਤੇ ਜਿਵੇਂ ਕ੍ਰੋਧ ਧਾਰ ਕੇ ਸ਼ੇਰ ਧਾਵਾ ਬੋਲਣ ਵਾਸਤੇ ਜਾਂਦਾ ਹੈ ਨਾ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੀ ਫੁਰਤੀ ਕਰ ਰਹੇ ਹਨ। ਜਰਾ ਸੰਦ ਪਰ ਗੋਬਿੰਦ ਜੈਸੇ ਇਸ ਤਰ੍ਹਾਂ ਚੱਲੇ ਹੈ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਜਾਦਵਾਂ ਨੂੰ ਨਾਲ ਲੈ ਕੇ ਜਰਾਸੰਧ ਉੱਤੇ ਚੜ੍ਹਾਈ ਕੀਤੀ ਸੀ। ਜਾਦਵ ਸੰਗ ਖਾਲਸਾ ਤੈਸੇ ਉਹ ਜਾਦਵ ਕੌਣ ਹੈ ਕਹਿਣ ਲੱਗੇ ਸਾਰਾ ਖਾਲਸਾ ਜਾਦਵ ਦੀ ਨਿਆਈ ਹੈ। ਹਾਂਜੀ ਸਿੰਘਣ ਭਣਿਓ ਪ੍ਰਭ ਸੁਣ ਲੀਜੈ ਸਿੰਘਣ ਭਣਿਓ ਪ੍ਰਭੂ ਸੁਣ ਲੀਜੈ ਸਾਰੇ ਸਿੰਘ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਕਹਿੰਦੇ ਪ੍ਰਭੂ ਜੀ ਰੱਬ ਜੀ ਮਹਾਰਾਜ ਸਾਡੀ ਬੇਨਤੀ ਸੁਣਨਾ ਕਰੋ। ਚਲੋ ਅਗਰ ਹੀ ਰਣ ਮਹਿ ਕੀਜੈ ਮਹਾਰਾਜ ਆਪਾਂ ਇੱਥੇ ਉਡੀਕ ਰਹੇ ਹਾਂ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਸਾਨੂੰ ਹੁਕਮ ਕਰੋ ਅਸੀਂ ਅੱਗੇ ਚੱਲ ਜਾਈਏ ਅਸੀਂ ਵੀ ਮਹਾਰਾਜ ਮੈਦਾਨੀ ਇਲਾਕੇ ਵਿੱਚ ਚਲੇ ਜਾਈਏ। ਹਾਂਜੀ ਇਹ ਨਾ ਪਹੁੰਚੇ ਰਿਪ ਸਮਦਾਈ ਅਸੀਂ ਆਨੰਦਪੁਰ ਸਾਹਿਬ ਤੱਕ ਵੈਰੀ ਨੂੰ ਪਹੁੰਚਣ ਹੀ ਨਾ ਦਈਏ ਵੱਧ ਅੱਗੇ ਹੀ ਲੇਹ ਲੜਾਈ ਮਹਾਰਾਜ ਅੱਗੇ ਵੱਧ ਜਾਈਏ ਇੱਕ ਵਾਰੀ ਤੇ ਅੱਗੇ ਜਾ ਕੇ ਵੈਰੀ ਦੀ ਫੌਜ ਦਾ ਸੱਚੇ ਪਾਤਸ਼ਾਹ ਜੀ ਮੁਕਾਬਲਾ ਕਰੀਏ। ਦੂਰ ਆਨੰਦਪੁਰ ਕੋ ਤਜ ਗਏ ਮਹਾਰਾਜ ਕਹਿੰਦੇ ਭਾਈ ਠੀਕ ਹੈ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਚਾਲੇ ਦਾ ਨਗਾਰਾ ਵਜਾਇਆ ਸਾਰੀਆਂ ਫੌਜਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਦਲ ਬਿਦਾਰ ਘੋੜੇ ਤੇ ਚੜ੍ਹੇ ਚਿੱਟੇ ਰੰਗ ਦਾ ਘੋੜਾ ਹੈ ਹਜ਼ੂਰ ਗਰੀਬ ਨਵਾਜ਼ ਘੋੜੇ ਤੇ ਚੜ੍ਹੇ ਹੈ ਖਾਲਸਾ ਤਿਆਰ ਪਰ ਤਿਆਰ ਹੈ ਰਣਜੀਤ ਨਗਾਰਾ ਵਜਾਇਆ ਗਿਆ ਹੈ ਜਕਾਰੇ ਲਾਉਂਦੇ ਹੋਏ ਸਿੰਘਾਂ ਨੇ ਆਨੰਦਪੁਰ ਸਾਹਿਬ ਤੋਂ ਜੰਗ ਵਾਲੇ ਪਾਸੇ ਚਾਲਾ ਪਾਇਆ। ਸਤਿ ਸ੍ਰੀ ਅਕਾਲ ਰਾਜਨ ਕੇ ਮੁਕਾਬਲੇ ਭਏ ਹੁਣ ਸਿੰਘ ਕਹਿੰਦੇ ਹੁਣ ਮੁਕਾਬਲਾ ਹੋਵੇਗਾ ਸਾਰੇ ਰਾਜਿਆਂ ਦੇ ਨਾਲ ਹਿਤ ਸੰਗਰਾਮ ਹੋਏ ਕਰ ਤਿਆਰੇ ਹਾਂਜੀ ਹਰਖ ਸਮੇਤ ਸੁਚੇਤ ਉਧਾਰੇ ਇਹ ਹਰਖ ਸਹਿਤ ਗੁਰੂ ਕਾ ਖਾਲਸਾ ਸਾਧ ਸੰਗਤ ਜੀ ਉਸ ਪਾਸੇ ਜਾ ਰਿਹਾ ਜਿਸ ਥਾਂ ਤੇ ਜੰਗ ਹੋਵੇਗੀ ਉਮੜੇ ਦੋਹਰਾ ਉਮੜੇ ਦਲ ਦਿਸ਼ ਦੋਹਨ ਤੇ ਕਰੀ ਤੁਫੰਗੇ ਤਿਆਰ ਦੋਵਾਂ ਪਾਸੇ ਤੋਂ ਡਲ ਉਮੜ ਕੇ ਪੈ ਗਏ ਸਾਧ ਸੰਗਤ ਜੀ ਆਸੇ ਪਾਸੇ ਖਲੋ ਗਏ ਬੰਦੂਕਾਂ ਤਿਆਰ ਪਰ ਤਿਆਰ ਹੋ ਗਈਆਂ ਦਸਤਰਵਾਂ ਕਰ ਤਜ ਦਈ ਹੁਣ ਲੱਗੀ ਤਬ ਮਾਰ ਹੱਥ ਵਿੱਚ ਫੜ ਕੇ ਨਿਸ਼ਾਨ ਸੋਧ ਕੇ ਜਦ ਛੱਡ ਦਿੱਤਾ ਭਾਵ ਜੰਗ ਆਰੰਭ ਕਰਨ ਦਾ ਸਾਈਨ ਦੇ ਦਿੱਤਾ ਗਿਆ ਉਸੇ ਵੇਲੇ ਸਾਧ ਸੰਗਤ ਜੀ ਦੋਵੇਂ ਫੌਜਾਂ ਜਿਹੜੀਆਂ ਨੇ ਉਹ ਆਪਸ ਵਿੱਚ ਭਿੜ ਗਈਆਂ ਚੌਪਈ ਹਿਤ ਹੇਰਨ ਕੇ ਜੰਗ ਤਮਾਸ਼ਾ ਸਾਰੀ ਜੰਗ ਦਾ ਤਮਾਸ਼ਾ ਆਪਣੇ ਅੱਖੀਂ ਵੇਖਣ ਵਾਸਤੇ ਸ਼੍ਰੀ ਕਲਗੀ ਧਰ ਹੋਵੇ ਇੱਕ ਪਾਸਾ ਮਹਾਰਾਜ ਕਲਗੀ ਧਰ ਸੱਚੇ ਪਾਤਸ਼ਾਹ ਇੱਕ ਪਾਸੇ ਹੋ ਕੇ ਖਲੋ ਗਏ ਉੱਚੇ ਥਲ ਪਰ ਹੋਵੇ ਸਥਿਤ ਰਹੇ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਉੱਚੀ ਥਾਂ ਤੇ ਖਲੋ ਗਏ ਆ ਜਾ ਕੇ ਘੋੜੇ ਤੇ ਸੱਜ ਗਏ ਹੈ ਤੇ ਮਹਾਰਾਜ ਆਪ ਜੰਗ ਨੂੰ ਨਿਹਾਰ ਰਹੇ ਹੈ ਆਪ ਜੰਗ ਦਾ ਤਮਾਸ਼ਾ ਦੇਖ ਰਹੇ ਹਨ ਦੋਨੋਂ ਦਿਸ਼ ਕੇ ਦਲ ਕੋ ਲਹੇ ਦੋਵਾਂ ਪਾਸਿਆਂ ਦਾ ਹੀ ਦਲ ਫੌਜਾਂ ਆਪਸ ਵਿੱਚ ਭਿੜ ਰਹੀਆਂ ਨੇ ਮਹਾਰਾਜ ਗਰੀਬ ਨਵਾਜ਼ ਆਪ ਨਿਹਾਰ ਰਹੇ ਹੈ ਜਿਸ ਸਿੰਘ ਵੱਲ ਮਹਾਰਾਜ ਦ੍ਰਿਸ਼ਟੀ ਪਾਉਂਦੇ ਹੈ ਨਾ ਸਾਧ ਸੰਗਤ ਜੀ ਉਹਦੇ ਵਿੱਚ ਹੀ ਲੜਨ ਵਾਸਤੇ ਦੋ ਗੁਣੀ ਤਾਕਤ ਹੋਰ ਪੈਦਾ ਹੋ ਜਾਂਦੀ ਹੈ ਜੀ ਹਾਂਜੀ ਸਿੰਘ ਆਠ ਸਹਿ ਹੋਏ ਸਾਵਧਾਨੇ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨਾਲ ਸਿੰਘ ਕਿੰਨੇ ਸਨ ਜਦੋਂ 10,000 ਫੌਜ ਆਈ ਮਹਾਰਾਜ ਨਾ 800 ਸਿੰਘ ਸੀਗਾ ਜੀ ਉਦੋਂ ਜੀ ਹਾਂਜੀ ਸਾਧ ਸੰਗਤ ਜੀ 1,000 ਸਿੰਘ ਵੀ ਨਹੀਂ ਸੀਗਾ ਵੀ ਚਲੋ ਦਸਵਾਂ ਹੀ ਹਿੱਸਾ ਹੋ ਜੇ ਉਹਦੇ ਵਿੱਚੋਂ ਵੀ ਦੋ ਘੱਟ ਹੈ ਉਹ 10,000 ਨੇ ਮਹਾਰਾਜ ਸੱਚੇ ਪਾਤਸ਼ਾਹ ਕੋ 800 ਸਿੰਘ ਹੈ ਹਾਂਜੀ 10,000 ਗਿਰਪਤ ਭੱਟ ਆਨੇ ਉੱਧਰ 10,000 ਆਇਆ ਪਿਆ ਇੱਧਰ 800 ਹੀ ਜਕਾਰੇ ਲਾ ਕੇ ਤੁਰ ਪਏ ਹੈ ਹਾਂਜੀ ਜਵਾਲਾ ਬਾਹਮਣੀ ਕੇ ਥਿਰ ਮਾਲਾ ਜਵਾਲਾ ਬਾਹਮਣੀ ਸਾਧ ਸੰਗਤ ਜੀ ਕਹਿੰਦੇ ਹੈ ਬੰਦੂਕ ਨੂੰ ਗੋਲੀਆਂ ਨੂੰ
ਸਾਧ ਸੰਗਤ ਜੀ ਜਦੋਂ ਬੰਦੂਕ ਬੱਧੀ ਹੋਈ ਸੀ ਸਾਰਿਆਂ ਨੇ ਇੱਕ ਕਤਾਰ ਵਿੱਚ ਸਿੰਘਾਂ ਨੇ ਇੱਕਦਮ ਗੋਲੀਆਂ ਛੱਡੀਆਂ ਛੁਟਕਾਰ ਇੱਕ ਬਾਰ ਪ੍ਰਕਾਸ਼ੀ ਜਵਾਲਾ ਇੱਕ ਵਾਰੀ ਤਾਂ ਪੂਰਾ ਪ੍ਰਕਾਸ਼ ਕਰਾ ਦਿੱਤਾ ਗੋਲੀਆਂ ਨੇ ਕਟਾ ਚਮੋ ਮਹਿ ਪੜਤਾ ਜਾਗੀ ਕਹਿਣ ਲੱਗੇ ਮਾਨੋ ਬੱਦਲ ਜਿਵੇਂ ਗਰਜਦੇ ਆ ਕਟਾ ਚਮਕਦੀ ਹੈ ਬਿਜਲੀ ਚਮਕਦੀ ਹੈ ਕਹਿਣ ਲੱਗੇ ਹੁਣ ਤੇ ਇਸੇ ਤਰ੍ਹਾਂ ਸ਼ਸਤਰ ਚਮਕਣਗੇ ਕਰਕਾ ਬਰਖਤ ਗੁਲਕਾਂ ਲਾਗੀ ਐ ਸਿੰਘਾਂ ਨੇ ਸਾਧ ਸੰਗਤ ਜੀ ਉਹਨਾਂ ਉੱਤੇ ਪਹਾੜੀਆਂ ਉੱਤੇ ਪਹਾੜੀਆਂ ਨੇ ਸਿੰਘਾਂ ਉੱਤੇ ਇੱਕ ਦੂਜਿਆਂ ਉੱਤੇ ਗੋਲੀਆਂ ਦਾ ਮੀਂਹ ਪੈਣ ਲੱਗ ਪਿਆ ਹੈ ਕੋ ਫੇਰ ਤੁਫੰਗ ਚਲਾਵੇ ਸਿੰਘ ਘੋੜੇ ਨੂੰ ਭਜਾ ਕੇ ਜਾ ਕੇ ਬੰਦੂਕ ਚਲਾਉਂਦੇ ਹਨ ਵਧੇ ਅਗਰ ਕੋ ਮਰਾ ਗਿਰਾਵੇ ਸਾਧ ਸੰਗਤ ਜੀ ਅੱਗੇ ਵੱਧ ਕੇ ਹੀ ਮਾਰ ਦਿੰਦੇ ਜਦੋਂ ਵੀਰ ਰਸ ਆਇਆ ਹੋਵੇ ਨਾ ਆਪਣੇ ਸਰੀਰ ਨੂੰ ਕੰਟਰੋਲ ਵਿੱਚ ਰੱਖਣਾ ਵੀ ਬੜਾ ਜ਼ਰੂਰੀ ਹੈ ਹਾਂਜੀ ਦੇਖ ਪਰਸਪਰ ਪਨਹਿ ਪਹਾਰੀ ਇਹ ਵਿਦਿਆ ਸਿੰਘਨ ਮਹਿ ਭਾਰੀ ਪਹਾੜੀਏ ਅੱਗੇ ਹੋ ਕੇ ਪਤਾ ਕੀ ਕਹਿੰਦੇ ਭਾਈ ਪਤਾ ਹੀ ਨਹੀਂ ਲੱਗਦਾ ਸਿੰਘ ਕਿਵੇਂ ਆ ਜਾਂਦੇ ਸਾਡੇ ਵਿੱਚ ਸਾਡੇ ਬੰਦਿਆਂ ਦਾ ਹੀ ਗਲ ਵੱਢ ਕੇ ਚਲੇ ਜਾਂਦੇ ਪਤਾ ਹੀ ਨਹੀਂ ਲੱਗਦਾ ਇਹ ਸਿੰਘਾਂ ਦੀ ਬੜੀ ਵੱਡੀ ਵਿਦਿਆ ਹੈ ਜਿਹੜੀ ਸਾਨੂੰ ਅਜੇ ਤੱਕ ਨਹੀਂ ਆਈ ਹਾਂਜੀ ਵਾਹਿ ਧੁਆਏ ਪੁਨ ਹਤੇ ਨਿਸ਼ਾਨੇ ਨਿਜ ਬਚਾਏ ਕਰ ਬਹੁਰ ਪਿਆਨੇ ਸਾਧ ਸੰਗਤ ਜੀ ਘੋੜੇ ਨੂੰ ਭਜਾ ਕੇ ਐਨ ਨਿਸ਼ਾਨੇ 'ਤੇ ਪਹੁੰਚ ਕੇ ਕਿਰਪਾਨ ਮਾਰ ਕੇ ਸਿਰ ਲਾਹ ਦਿੰਦੇ ਸੀ ਅਗਲੇ ਦਾ ਜਿੱਥੇ ਨਿਸ਼ਾਨਾ ਲਾਉਂਦੇ ਸੀ ਖਾਲੀ ਨਹੀਂ ਜਾਂਦਾ ਖਾਲਸੇ ਦਾ ਨਿਸ਼ਾਨਾ ਅਤੇ ਆਪਣੇ ਆਪ ਨੂੰ ਬਚਾ ਕੇ ਫਿਰ ਚਲੇ ਜਾਂਦੇ ਸੀ ਉਹਨਾਂ ਦੇ ਹਜ਼ਾਰਾਂ ਮਰਨ ਦੇ ਹੈ ਇੱਧਰ ਕਈ ਸੌ ਹੈ ਜਿਹੜੇ ਉਹ ਵੀ ਚੜ੍ਹਦੀ ਕਲਾ ਵਿੱਚ ਹੈ ਹਾਂਜੀ ਕਰ ਹੰਕਾਰ ਖਾਲਸਾ ਹਿਰਦੇ ਉਰੜ ਪਰੇ ਅਗਰ ਕੋ ਤਦੇ ਪਰ ਮਹਾਰਾਜ ਸੱਚੇ ਪਾਤਸ਼ਾਹ ਵੇਖਣ ਦੇ ਹੈ ਅਸੀਂ ਖਾਲਸੇ ਨੂੰ ਇਹ ਸਮਝਾਇਆ ਸੀ ਵੀ ਆਪਣੀ ਥਾਂ ਨਹੀਂ ਛੱਡਣੀ ਗੱਟ ਗਿਆ ਕੋ ਵਾਹਿਗੁਰੂ ਆਪਣੀ ਥਾਂ ਨਹੀਂ ਛੱਡਣੀ ਆਪਣੀ ਥਾਂ 'ਤੇ ਰਹਿ ਕੇ ਜੰਗ ਕਰਨਾ ਅਤੇ ਖਾਲਸੇ ਨੇ ਆਪਣੀ ਥਾਂ ਛੱਡ ਕੇ ਅੱਗੇ ਵੱਧ ਕੇ ਖਾਲਸਾ ਜੰਗ ਕਰਨ ਲੱਗ ਪਿਆ ਹਜ਼ੂਰ ਗਰੀਬ ਨਵਾਜ਼ ਜਾਣ ਕੇ ਵੀ ਖਾਲਸੇ ਨੂੰ ਵੀ ਮਾਣ ਆ ਗਿਆ ਥੋੜ੍ਹਾ ਜਿਹਾ ਹਾਂਜੀ ਭੀਮ ਚੰਦ ਨਿਜ ਅੰਗ ਬਚਾਏ ਰਣ ਕੇ ਸਨਮੁਖ ਸਕੇ ਨਾ ਆਏ ਇੰਨੀ ਮਾਰ ਮਾਰੀ ਖਾਲਸੇ ਨੇ ਭੀਮ ਚੰਦ ਆਪਣੇ ਅੰਗ ਬਚਾਉਂਦਾ ਫਿਰਦਾ ਹੈ ਜੀ ਕਿਤੇ ਮੇਰੇ ਹੀ ਆ ਕੇ ਬਾਂਹ ਨਾ ਵੱਢ ਜਾਣ ਉਹ ਮੇਰੀ ਆ ਕੇ ਹੀ ਨਾ ਲੱਤ ਵੱਢ ਜਾਣ ਹਾਂਜੀ ਭੂਪ ਚੰਦ ਹੰਡੂਰੀ ਧਾਇਓ ਦੇਣ ਸਰਨ ਕੋ ਸੰਗ ਮਿਲਾਇਓ ਭੂਪ ਚੰਦ ਹੰਡੂਰੀ ਰਾਜਾ ਰਾਜਾ ਦੇਵ ਸ਼ਰਨ ਇਹ ਸਾਰੇ ਭੱਜ ਭੱਜ ਕੇ ਆ ਕੇ ਜੰਗ ਦੇ ਮੈਦਾਨ ਵਿੱਚ ਖਾਲਸੇ ਨਾਲ ਜੰਗ ਲੜਦੇ ਹਨ ਬਹੁਰ ਵਜ਼ੀਰ ਸਿੰਘ ਰਣ ਕਾਲ ਮੁੜ ਕੇ ਵਜ਼ੀਰ ਸਿੰਘ ਆਇਆ ਰਾਜਾ ਜੰਗ ਕਰਨ ਵਾਸਤੇ ਛੁੱਟਤ ਗੁਲਕਾ ਨਾਦ ਕਰਾਲ ਸੰਗਤ ਜੀ ਗੌਲੀਆਂ ਚੱਲ ਰਹੀਆਂ ਨੇ ਬੜਾ ਵੱਡਾ ਸ਼ੋਰ ਸ਼ਰਾਬਾ ਹੋ ਰਿਹਾ ਮਹਾਰਾਜ ਇੱਕ ਪਾਸੇ ਖਲੋਤੇ ਸਾਰਾ ਕੁਝ ਵੇਖ ਸੁਣ ਰਹੇ ਹਨ ਸਭ ਸਿਪਾਹਾ ਕੋ ਅੱਗੇ ਧਰਿਓ ਸਾਰੇ ਸਿਪਾਹੀਆਂ ਨੂੰ ਸਾਧ ਸੰਗਤ ਜੀ ਆਪੋ ਆਪਣੇ ਰਾਜਿਆਂ ਨੇ ਅੱਗੇ ਕਰ ਦਿੱਤਾ ਹੈ ਧੱਕ ਦਿੱਤਾ ਹੈ ਖਾਲਸਾ ਉਹਨਾਂ ਦੇ ਸਿਪਾਹੀਆਂ ਨੂੰ ਮਾਰਦਾ ਹੈ ਆਪ ਤੇ ਲੜਨ ਹੇਤ ਮਨ ਕਰਿਓ ਤੇ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਆਪ ਵੀ ਲੜਾਈ ਕਰਨ ਵਾਸਤੇ ਸਾਰੇ ਅੱਗੇ ਵੱਧ ਰਹੇ ਹੈ ਇਹ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹੈ ਹਾਂਜੀ ਹੋਤ ਤੜਾ ਭੜ ਸ਼ਬਦ ਤੁਫੰਗਣ ਬੰਦੂਕਾਂ ਦੀ ਤੜਾ ਤੜ ਦੀ ਆਵਾਜ਼ ਬਹੁਤ ਜ਼ਿਆਦਾ ਜੰਗ ਦੇ ਮੈਦਾਨ ਵਿੱਚ ਆ ਰਹੀ ਹੈ ਹਾਂਜੀ ਗਿਰਹਿ ਸੂਰ ਲਾਗੀ ਜਿਨ ਅੰਗਣ ਜਿਸ ਸੂਰ ਵੀਰ ਨੂੰ ਇੱਕ ਵਾਰ ਗੋਲੀ ਲੱਗਦੀ ਸੀ ਉਹ ਮੁੜ ਨਹੀਂ ਸੀ ਉੱਠਦਾ ਸਾਧ ਸੰਗਤ ਜੀ ਉਹ ਫਿਰ ਚਾਲਾ ਹੀ ਮਾਰ ਜਾਂਦਾ ਸੀਗਾ ਜੀ ਹਾਂਜੀ ਰੁਦਰ ਨਿਗਸ ਸ਼ਿਤ ਰਕਤ ਬਿਸਾਲਾ ਲੱਗੇ ਕਰਾਹਨ ਘਾਇਲ ਜਾਲਾ ਖੂਨ ਨਿਕਲ ਕੇ ਧਰਤੀ ਤੇ ਛਾ ਗਿਆ ਸੂਰਬੀਰ ਘਾਇਲ ਹੋ ਕੇ ਕਰਾਹਾ ਕਰਾਹਾ ਕਰਨ ਲੱਗ ਪਏ ਹੈ ਇੱਕ ਦੂਜੇ ਨੂੰ ਕਹਿੰਦੇ ਆ ਭਾਈ ਸਾਨੂੰ ਬਚਾ ਲਓ ਕੋਈ ਕਹਿੰਦਾ ਸਾਨੂੰ ਪਾਣੀ ਪਿਆ ਦਿਓ ਹਾਂਜੀ ਪੁੰਨ ਚੰਬੇਲ ਆਣ ਕਰ ਲਰੇ ਚੰਬੇਲੀਆ ਰਾਜਾ ਅੱਗੇ ਹੋ ਕੇ ਲੜਿਆ ਖਾਲਸੇ ਦੇ ਨਾਲ ਆਯੁਧ ਕਰਨ ਪ੍ਰਹਾਰਨ ਕਰੇ ਅਨੇਕ ਪ੍ਰਕਾਰ ਦੇ ਸ਼ਸਤਰਾਂ ਦਾ ਵਾਰ ਸਤਿਗੁਰੂ ਜੀ ਦੇ ਖਾਲਸੇ ਉੱਤੇ ਕੀਤਾ ਮਹਾਰਾਜ ਵੇਖ ਰਹੇ ਨਾਲੇ ਸ਼ਕਤੀ ਦੇਈ ਜਾਂਦੇ ਆ ਬਲ ਦੇਈ ਜਾਂਦੇ ਸੱਚੇ ਪਾਤਸ਼ਾਹ ਹਾਂਜੀ ਕੱਲੂ ਕੈਂਠਲ ਕੈ ਜਸਵਾਰੀ ਕੱਲੂ ਕੈਂਠਲ ਦਾ ਜਸਵਾਰੀਆ ਵੀਰ ਸਿੰਘ ਭਾਰੀ ਬਲਵਾਨ ਸੈਨਾ ਲੈ ਕੇ ਉਹ ਵੀ ਉੱਥੇ ਪਹੁੰਚਿਆ ਵੀਰ ਸਿੰਘ ਪਹੁੰਚਿਓ ਬਲ ਭਾਰੀ ਹਾਂਜੀ ਇਤ ਤੇ ਆਲਮ ਸਿੰਘ ਅਗਾਰੇ ਇਧਰੋਂ ਮਹਾਰਾਜ ਦਾ ਗੜਬਈ ਸਿੰਘ ਭਾਈ ਆਲਮ ਸਿੰਘ ਹਾਂਜੀ ਉਦੇ ਸਿੰਘ ਗਨ ਬਾਣ ਪ੍ਰਹਾਰੇ ਫੌਜਾਂ ਦੇ ਸੂਰਬੀਰ ਸੈਨਾਪਤੀ ਭਾਈ ਉਦੇ ਸਿੰਘ ਸਾਹਿਬ ਜੀ ਸਾਰੇ ਅੱਗੇ ਹੋ ਕੇ ਤੀਰ ਮਾਰਨ ਦੇ ਆ ਗੋਲੀਆਂ ਚਲਾਉਂਦੇ ਆ
ਵਹਿੰਦਿਆਂ ਵਹਿੰਦਿਆਂ ਹਜ਼ਾਰ ਫੌਜ ਜਿਹੜੀ ਆਈ ਨਾ 10,000, ਉਹ 800 ਸਿੰਘਾਂ ਨੂੰ ਵੇਖ ਕੇ ਭੱਜਣ ਨੂੰ ਤਿਆਰ ਹੋ ਗਈ ਸੀ। ਗੱਜ ਕੇ ਆਖੋ ਵਾਹਿਗੁਰੂ, ਮਹਾਰਾਜ ਵੇਖਣ ਦੇ ਆ ਨਾ ਉੱਤੇ, ਮਹਾਰਾਜ ਕਿਰਪਾ ਕਰ ਰਹੇ ਆ। ਹਾਂਜੀ, ਤਿਤ ਸ਼ਨ ਭੇਜਿਓ ਨਰ ਗੋਸਾਈ। ਉਸ ਸਮੇਂ ਮਹਾਰਾਜ ਨੇ ਵੇਖਿਆ ਵੀ ਖਾਲਸਾ ਤੇ ਉਹਨਾਂ ਦੀ ਥਾਂ ਵਿੱਚ ਵੜ ਕੇ ਉਹਨਾਂ ਨੂੰ ਮਾਰੀ ਜਾ ਰਿਹਾ, ਤੇ ਮਹਾਰਾਜ ਗਰੀਬ ਨਿਵਾਰ ਨੇ ਕਿਹਾ ਸੀ ਇੱਕ ਥਾਂ ਟਿਕ ਕੇ ਜੰਗ ਕਰੋ। ਇਹ ਮੈਸੇਜ ਦੇਣ ਵਾਸਤੇ ਮਹਾਰਾਜ ਨੇ ਇੱਕ ਮਨੁੱਖ ਜਿਹੜਾ ਸਤਿਗੁਰੂ ਜੀ ਦੇ ਕੋਲ ਸਿੰਘ ਖਲੋਤਾ ਹੈ, ਮਹਾਰਾਜ ਨੇ ਸਾਰੇ ਸਿੰਘਾਂ ਦੇ ਕੋਲ ਭੇਜਿਆ ਜੰਗ ਵਿੱਚ। ਸਕਲ ਖਾਲਸੇ ਦਇਓ ਸੁਣਾਈ, ਭਾਈ ਸਾਰੇ ਖਾਲਸੇ ਨੂੰ ਸੁਣਾ ਕੇ ਆਓ, ਕੱਲੇ ਕੱਲੇ ਖਾਲਸੇ ਨੂੰ ਦੱਸ ਕੇ ਆ ਭਾਈ ਜਾ ਕੇ। ਵਧੋ ਨਾ ਅੱਗੇ ਥਿਰ ਹੋਵੇ ਲਰੋ, ਅੱਗੇ ਨਾ ਵਧੋ, ਕਿਉਂ ਭੱਜਣ ਨੂੰ ਤਾਂ ਤਿਆਰ ਹੋ ਹੀ ਗਏ ਸਨ ਤੇ ਹੁਣ ਵਾਪਸ ਉਹਨਾਂ ਨੂੰ ਪਿੱਛੇ ਨੂੰ ਮਾਰਨ ਜਾਣਦੇ ਹੋ। ਮਹਾਰਾਜ ਕਹਿੰਦੇ ਇਹ ਨਹੀਂ ਕਰਨਾ, ਇੱਕ ਥਾਂ ਟਿਕ ਕੇ ਹੁਣ ਖਾਲਸਾ ਜੀ ਜੰਗ ਕਰੋ। ਜਵਾਲਾ ਬੰਮਣੀ ਸ਼ੋਰਨ ਕਰੋ, ਇੱਕ ਥਾਂ ਖਲੋ ਕੇ ਬੰਦੂਕਾਂ ਚਲਾਈ ਚੱਲੋ, ਕਿੰਨਾ ਕੁ ਚਿਰ ਖਲੋਣਗੇ, ਆਪੇ ਭੱਜ ਜਾਣਗੇ ਸਾਰੇ। ਸੁਣਿਓ ਹੁਕਮ ਕੋ ਟਿਕ ਟਿਕ ਲਰੇ, ਮਹਾਰਾਜ ਜੀ ਦਾ ਹੁਕਮ ਸੁਣ ਕੇ ਸਿੰਘ ਉਸੇ ਥਾਂ ਤੇ ਟਿਕ ਟਿਕ ਕੇ ਜਿੱਥੇ ਕੋਈ ਸੀਗਾ ਉੱਥੇ ਟਿਕ ਕੇ ਸਾਧ ਸੰਗਤ ਜੀ ਉੱਥੋਂ ਬੰਦੂਕਾਂ ਛੱਡੀ ਜਾਂਦਾ, ਗੋਲੀਆਂ ਛੱਡੀ ਜਾਂਦਾ ਹੈ। ਅੱਗੇ ਨਹੀਂ ਵਧੇ ਪੱਟ ਫਿਰੇ, ਤੇ ਅੱਗੇ ਨਹੀਂ ਹੋ ਕੇ ਸਾਧ ਸੰਗਤ ਜੀ ਲੜ ਰਹੇ ਹੁਣ ਗੁਰੂ ਕੇ ਸਿੰਘ। ਹਾਂਜੀ, ਮਿਲ ਪ੍ਰਹਾਰਨ ਘਾਲਿਓ ਹੇਲਾ, ਮਾਰ ਮਾਰ ਕਰ ਰੋ ਰਹੇ ਮੇਲਾ। ਪਹਾੜੀਆਂ ਨੇ ਮਿਲ ਕੇ ਮੁੜ ਹਮਲਾ ਕੀਤਾ ਜੀ, ਜਿਹੜੀ ਕੁਝ ਫੌਜ ਬਚੀ ਸੀਗੀ, ਮਾਰ ਲਵੋ ਮਾਰ ਲਵੋ, ਵੱਡਾ ਰੌਲਾ ਫਿਰ ਉਹਨਾਂ ਨੇ ਮਚਾ ਦਿੱਤਾ ਜੀ। ਹਾਂਜੀ, ਦੁੰਦਬ ਢੋਲ ਪਟੇ ਬਹੁ ਬਾਜੇ, ਨਗਾਰੇ ਢੋਲ ਪਟੇ ਬੜੇ ਵੱਜ ਰਹੇ ਹੈ। ਹਾਂਜੀ, ਮਾਰੂ ਰਾਗ ਸੁਣਤ ਪਟ ਗਾਜੇ, ਨਟ ਜਿਮ ਉਛਲੇ ਛਾਲ ਛਲੰਗੀ, ਗਹਿ ਕੇ ਸਿਪਰ ਕਿਰਪਾਨੇ ਨੰਗੀ। ਨੰਗੀਆਂ ਕਿਰਪਾਨਾਂ ਲੈ ਕੇ ਐਨ ਨਟ ਵਾਂਗੂ ਨੱਚਦੇ ਹੋਏ ਸਾਰੇ ਪਹਾੜੀਏ ਆ ਕੇ ਖਾਲਸੇ ਤੇ ਮੁੜ ਟੁੱਟ ਪਏ ਜੀ। ਓਰਡ ਪੜੇ ਵੀਰ ਇੱਕ ਬਾਰੀ, ਸਿੰਘਣ ਲੱਗ ਪਹੁੰਚੇ ਬਲ ਭਾਰੀ। ਮਹਾਰਾਜ ਨੇ ਵੇਖਿਆ ਵੀ ਇਹ ਤੇ ਅਚਾਨਕ ਆ ਕੇ ਮੁੜ ਪਹਾੜੀਏ ਪੈ ਗਏ। ਮਹਾਰਾਜ ਨੇ ਫਿਰ ਦ੍ਰਿਸ਼ਟੀ ਕੀਤੀ, ਸਿੰਘਾਂ ਵਿੱਚ ਬਲ ਪ੍ਰਦਾਨ ਕੀਤਾ, ਸਿੰਘਾਂ ਫਿਰ ਮੋਰਚਾ ਲਾ ਦਿੱਤਾ ਜੀ ਇੱਕ ਵਾਰ। ਛੇਲੇ ਬਰਸੇ ਆਣ ਚਲਾਏ, ਛੇਲੇ ਤੇ ਬਰਸੇ ਸਾਧ ਸੰਗਤ ਜੀ ਬੜੇ ਚਲਾਏ ਸਿੰਘਾਂ ਨੇ ਫਿਰ। ਸਿੰਘਣ ਸਨਮੁਖ ਘਾਵ ਸੋ ਖਾਏ, ਉਹ ਆਏ ਤੇ ਸੀਗੇ ਵੱਡਾ ਹਮਲਾ ਕਰਨ ਵਾਸਤੇ, ਪਰ ਸਤਿਗੁਰੂ ਜੀ ਦੇ ਸਿੰਘਾਂ ਦੇ ਹੱਥੋਂ ਹੀ ਉਹਨਾਂ ਨੂੰ ਜ਼ਖਮ ਹੋਣੇ ਸ਼ੁਰੂ ਹੋ ਗਏ ਜੀ। ਬਰਛਾ ਮਾਰਦੇ ਕੱਸ ਕੇ, ਗੋਲੀ ਮਾਰਦੇ ਕੱਸ ਕੇ। ਹਾਂਜੀ, ਥਾਵਨਾ ਤਜੀ ਅਰੇ ਰਣ ਕਰਹੇ, ਪਰ ਖਾਲਸਾ ਸਿੰਘ ਹੁਣ ਆਪਣੀ ਥਾਂ ਨਹੀਂ ਛੱਡ ਰਹੇ। ਗੁਰ ਪ੍ਰਤਾਪ ਤੇ ਰਿਪ ਗਣ ਦਹੇ, ਗੁਰੂ ਸਾਹਿਬ ਜੀ ਦੇ ਪ੍ਰਤਾਪ ਦੇ ਨਾਲ ਸਾਧ ਸੰਗਤ ਜੀ ਵੈਰੀਆਂ ਨੂੰ ਬੜਾ ਮਾਰਿਆ ਖਾਲਸੇ ਨੇ। ਕਾਲੀ ਹੇਲ ਚਾਲ ਪੱਟ ਖਰੇ, ਇਤਨੇ ਬਿਖੇ ਸਿੰਘ ਰਿਸ ਭਰੇ, ਹਮਲਾ ਪਹਾੜੀਆਂ ਤੇ ਕੀਤਾ ਸਾਧ ਸੰਗਤ ਜੀ। ਸਿੰਘ ਸੂਰਬੀਰ ਜਿਹੜੇ ਸੀਗੇ ਉਹਨਾਂ ਪਹਾੜੀਆਂ ਦਾ ਜਿਹੜਾ ਪਹਿਲਾਂ ਹਮਲਾ ਸੀ ਉਹ ਝੱਲ ਲਿਆ, ਇੱਕ ਵਾਰ ਫਿਰ ਜਿੱਤ ਹੋਣੀ ਸ਼ੁਰੂ ਹੋ ਗਈ। ਹਾਂਜੀ, ਖੜਗ ਮਿਆਨ ਤੇ ਖੈਂਚ ਨਕਾਰੇ, ਤੁਰਤ ਫੁਰਤ ਕਰ ਹਤੇ ਮੁਝਾਰੇ। ਜਦੋਂ ਵੇਖਿਆ ਨਾ ਗੋਲੀਆਂ ਮੁੱਕ ਗਈਆਂ, ਫਿਰ ਕਿਰਪਾਨਾਂ ਖਿੱਚੀਆਂ ਸਾਧ ਸੰਗਤ ਜੀ, ਅਤੇ ਤੁਰਤ ਫੁਰਤ ਕਰਕੇ ਉਹ ਪਹਾੜੀ ਜਿਹੜੇ ਆਉਂਦੇ ਉਹਨਾਂ ਦੀ ਸੈਨਾ ਜਿਹੜੀ ਆਉਂਦੀ ਹੈ ਉਹਨਾਂ ਦੀਆਂ ਧੌਣਾਂ ਵੱਢ ਦਿੰਦੇ ਸਿੰਘ। ਹਾਂਜੀ, ਦਸ ਜਬ ਦਸ ਵੀ ਸਗਰ ਕੇ ਮਾਰੇ, ਹਟੇ ਕੁਸ਼ਕ ਸ਼ਤਰੂ ਡਰ ਧਾਰੇ। ਸਾਧ ਸੰਗਤ ਦੀ ਪਰ ਇੱਕ ਗਲਤੀ ਫਿਰ ਹੋ ਗਈ, ਗੱਜ ਕੇ ਆਖੋ। ਮਹਾਰਾਜ ਨੇ ਕਿਹਾ ਸੀ ਟਿਕ ਕੇ ਕੰਟਰੋਲ ਨਹੀਂ ਰਿਹਾ, ਉਹ ਮੁੜ ਫਿਰ ਖਾਲਸੇ ਨੇ ਘੋੜੇ ਵਧਾ ਤੇ ਉਹਨਾਂ ਨੇ। ਜਦੋਂ ਘੋੜੇ ਵਧਾ ਤੇ ਇੱਕ ਇੱਕ ਬੰਦਾ ਦਸ ਦਸ ਵੀਹਾਂ ਵੀਹਾਂ ਦੇ ਸਿਰ ਮਿੰਟਾਂ ਵਿੱਚ ਹੀ ਵੱਢੀ ਜਾਵੇ ਸਾਧ ਸੰਗਤ ਜੀ। ਹਾਂਜੀ, ਦੇਖਤ ਪਇਓ ਖਾਲਸਾ ਅੱਗੇ, ਮੋਹਰਾ ਛੋੜ ਪਹਾਰੀ ਭਾਗੇ। ਖਾਲਸਾ ਅੱਗੇ ਹੋ ਕੇ ਸਾਧ ਸੰਗਤ ਜੀ ਪੈ ਗਿਆ, ਅਗਲਾ ਪਾਸਾ ਛੱਡ ਕੇ ਪਹਾੜੀਏ ਮੁੜ ਭੱਜਣ ਨੂੰ ਤਿਆਰ ਹੋ ਗਏ। ਪਰੇ ਗੈਲ ਮਹਿ ਟਲੇ ਨਾ ਟਾਲੇ, ਖੜਕੇ ਉਹ ਖੜਗ ਕਰਾਲ ਬਿਸਾਲੇ। ਸਿੰਘ ਉਹਨਾਂ ਦੇ ਪਿੱਛੇ ਪੈ ਗਏ ਜੀ ਚੰਗੀ ਤਰ੍ਹਾਂ, ਇਹ ਪਿੱਛੇ ਤੱਕ ਮਾਰਨ ਜਾਣ ਸਾਧ ਸੰਗਤ ਜੀ, ਜਿਹੜਾ ਮਹਾਰਾਜ ਦਾ ਹੁਕਮ ਨਹੀਂ ਸੀ ਵੀ ਭੱਜਦੇ ਹੋਏ ਤੇ ਵਾਰ ਨਹੀਂ ਕਰਨਾ। ਗੱਜ ਕੇ ਆਖੋ, ਪਹਾੜੀਆਂ ਦੇ ਬੜੇ ਸਿਪਾਹੀ ਮੁੜ ਭੱਜਣਾ ਸ਼ੁਰੂ ਹੋ ਗਏ ਜੀ। ਹਾਂਜੀ, ਦੋਹਰਾ ਸਿੰਘ ਬਿਲੋਕਤ ਪੇਕਿਤ ਕ ਗਏ ਗੁਰੂ ਰਣ ਸ਼ੋਰ। ਹਜ਼ੂਰ ਗਰੀਬ ਨਵਾਜ਼,
ਸੱਚੇ ਪਾਤਸ਼ਾਹ ਮਹਾਰਾਜ ਵੇਖਣ ਦੇ ਹੈ ਵੀ ਜਿਹੜੇ ਸਿੰਘ ਹੈ ਇਹ ਸਾਡੇ ਵਚਨ 'ਤੇ ਨਹੀਂ ਰਹਿ ਰਹੇ। ਦੋ ਵਾਰ ਕਿਹਾ, ਰਹੇ ਵੀ ਹੈ, ਤੀਜੀ ਵਾਰੀ ਫਿਰ ਆਪਣੀ ਥਾਂ ਛੱਡ ਕੇ ਫਿਰ ਸਿੰਘ ਸਾਧ ਸੰਗਤ ਜੀ ਉਹਨਾਂ ਦੇ ਮਗਰ ਦੌੜ ਪਏ। ਅੱਜ ਕੇ ਆਖੋ ਵਾਹਿਗੁਰੂ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਇਹ ਸਾਰੀ ਗੱਲ ਵੇਖ ਕੇ ਇਹਨਾਂ ਨੂੰ ਤਾਂ ਆਗਿਆ ਕੀਤੀ ਸੀ ਅੱਗੇ ਨਹੀਂ ਜਾਣਾ, ਇਹਨਾਂ ਨੇ ਗੱਲ ਸਾਡੀ ਵਿਸਾਰ ਦਿੱਤੀ ਹੈ, ਵੀਰ ਰਸ ਵਿੱਚ ਆ ਕੇ ਸਾਡੇ ਬਚਨ ਨੂੰ ਭੁੱਲ ਗਏ ਹੈ। ਜਿਹੜੀ ਗੱਲ ਕਹੀ ਹੈ ਉਹ ਗੱਲ ਨਹੀਂ ਇਹਨਾਂ ਨੇ ਸਾਡੀ ਯਾਦ ਰੱਖੀ। ਗੁਰ ਹੈ ਵਿਚਾਰੇ ਮਹਾ ਅਹੰਕਾਰੇ, ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਵੀ ਖਾਲਸੇ ਨੂੰ ਸਿੰਘਾਂ ਨੂੰ ਤੇ ਮੁੜ ਫਿਰ ਹੋਮੇ ਨੇ ਘੇਰ ਲਿਆ ਹੈ। ਗੱਜ ਕੇ ਆਖੋ ਇਹ ਜੰਗ ਵਿੱਚ ਹੋ ਜਾਂਦਾ ਐਸਾ। ਮਹਾਰਾਜ ਨੇ ਵੀਰ ਰਸ ਕਿਹਾ ਨਾ ਜਿੱਥੇ ਸਾਧ ਸੰਗਤ ਜੀ ਉੱਥੇ ਧੀਰਜ ਵੀ ਪੂਰਾ ਕਿਹਾ। ਮਹਾਰਾਜ ਨੇ ਕਿਹਾ ਵੀ ਇਹਨਾਂ ਵਿੱਚ ਤਾਂ ਮੁੜ ਹੰਕਾਰ ਹੋਮੇ ਆ ਗਈ ਹੈ। ਬੜੀ ਜੀਤ ਪਾਏ ਚਲੇ ਜਾਤ ਧਾਏ, ਚਲੋ ਜੇ ਜਿੱਤ ਹੋ ਹੀ ਗਈ ਹੈ ਪਹਾੜੀਏ ਭਜਣ ਲੱਗ ਪਏ ਹੈ, ਹੁਣ ਪਿੱਛੇ ਜਾ ਕੇ ਭਜਦੇ ਹੋਏ ਤੇ ਕਿਉਂ ਵਾਰ ਕਰ ਰਹੇ ਹੈ? ਕਿਉਂ, ਮਹਾਰਾਜ ਨੇ ਖਾਲਸੇ ਨੂੰ ਸੰਪੂਰਨ ਬਣਾਉਣਾ ਹੈ ਨਾ, ਖਾਲਸੇ ਨੂੰ ਗੁਣ ਵੀ ਸਾਰੇ ਸਿਖਾਉਣੇ ਹੈ। ਹਾਂਜੀ, ਉੱਠੇ ਆਪ ਸੁਆਮੀ ਚੜੇ ਤੇਜ ਗਾਮੀ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਫਿਰ ਉੱਥੋਂ ਹੀ ਘੋੜਾ ਮੋੜ ਲਿਆ ਜੀ ਆਪਣਾ ਜੀ। ਅੱਜ ਕੇ ਆਖੋ ਵਾਹਿਗੁਰੂ, ਨਾਰਾਜ਼ਗੀ ਜ਼ਾਹਰ ਕਰਕੇ ਮਹਾਰਾਜ ਉੱਥੋਂ ਹੀ ਘੋੜਾ ਮੋੜ ਦਿੱਤਾ। ਹਯੰ ਰੰਗ ਨੀਲਾ ਸ਼ਿੰਗਾਰਿਓ ਸ਼ਬੀਲਾ, ਸ਼ਬੀਲਾ ਘੋੜਾ ਜਿਹੜਾ ਬੜਾ ਸ਼ਿੰਗਾਰਿਆ ਸੀਗਾ, ਮਹਾਰਾਜ ਗਰੀਬ ਨਵਾਜ਼ ਉੱਚੀ ਥਾਂ ਤੇ ਖਲੋਤੇ ਉੱਥੋਂ ਹੀ ਵਾਪਸ ਮੁੜ ਪਏ ਜੀ। ਹਾਂਜੀ, ਪਰੇ ਪੰਥ ਪਾਸ਼ ਬੜੀ ਚਾਲ ਗਾਸ਼ੇ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੁੜ ਅਨੰਦਪੁਰ ਸਾਹਿਬ ਨੂੰ ਤੁਰ ਪਏ, ਫੌਜਾਂ ਵੱਲ ਸਤਿਗੁਰੂ ਜੀ ਨੇ ਪਿੱਛਾ ਕਰ ਲਿਆ। ਸੋ ਤਿਆਗੇ ਲੜਾਈ ਚੱਲੇ ਜਾਤ ਧਾਈ, ਬੜਾ ਲੜਾਈ ਛੱਡ ਕੇ ਸੱਚੇ ਪਾਤਸ਼ਾਹ ਜਦੋਂ ਤੇਜ਼ੀ ਦੇ ਨਾਲ ਜਾ ਰਹੇ ਸਨ, ਦੋਹਰਾ ਸਿੰਘ ਬਿਲੋਕਤ ਕੇ ਕਿਤਕ ਗਏ ਗੁਰੂ ਰਣ ਸ਼ੋਰ, ਕੁਝ ਸਿੰਘਾਂ ਨੇ ਵੇਖ ਲਿਆ ਵੀ ਭਾਈ ਮਹਾਰਾਜ ਉੱਤੇ ਖਲੋਤੇ ਸਨ, ਅਸੀਂ ਮਹਾਰਾਜ ਨੂੰ ਵੇਖ ਰਹੇ ਸਾਂ, ਮਹਾਰਾਜ ਸਾਨੂੰ ਵੇਖ ਰਹੇ ਸਨ, ਮਹਾਰਾਜ ਇਕਦਮ ਕਿੱਥੇ ਚਲੇ ਗਏ ਸਤਿਗੁਰੂ ਜੀ? ਹਾਂਜੀ, ਪਾਸ਼ੇ ਕਰਤਨਾ ਡੀਠ ਭੀ ਜਾਤ ਅਨੰਦਪੁਰ ਔਰ, ਇੱਕ ਵਾਰ ਵੀ ਸਾਡੇ ਵੱਲ ਵੇਖਣ ਵੀ ਨਹੀਂ ਦਏ ਮਹਾਰਾਜ, ਪਿੱਛਾ ਭੌਂ ਕੇ ਵੇਖ ਹੀ ਨਹੀਂ ਰਹੇ ਸਾਡੇ ਵੱਲ, ਇਹ ਸਾਡੇ ਨਾਲ ਕੀ ਬਣ ਗਿਆ? ਹਾਂਜੀ, ਚੌਪਈ ਗੁਰੂ ਚਰਿੱਤਰ ਕੋ ਪਿਖ ਬਿਸਮਾਏ, ਨਹਿ ਮਾਰਨ ਕੋ ਸ਼ਤਰੂ ਉਠਾਏ, ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਚਰਿੱਤਰ ਵੇਖ ਕੇ ਨਾ ਸਾਧ ਸੰਗਤ ਜੀ ਸਾਰੇ ਸਿੰਘ ਹੈਰਾਨ ਹੋ ਗਏ। ਅੱਜ ਕੇ ਆਖੋ ਜਿਉਂ ਮਹਾਰਾਜ ਵਾਪਸ ਮੁੜੇ ਇਕਦਮ ਹੀ ਉਤਸ਼ਾਹ ਢਿੱਲੇ ਪੈ ਗਏ ਜੀ ਸਿੰਘਾਂ ਦੇ। ਹਾਂਜੀ, ਕੇਤਕ ਲੜਤ ਪਾਸ਼ ਕੋ ਹਟ ਕੇ, ਕਈ ਮਹਾਰਾਜ ਨੂੰ ਲੜ ਪਿੱਛੇ ਆਇਆ ਨੂੰ ਵੇਖ ਕੇ ਕਈ ਸਿੰਘ ਵਾਪਸ ਮੁੜ ਪਏ ਜੀ। ਹਾਂਜੀ, ਰਣ ਕੋ ਤਿਆਗਤ ਇੱਥੇ ਉੱਤ ਸੱਟ ਕੇ, ਇੱਧਰ ਉੱਧਰ ਹੋ ਗਏ ਰਣ ਖੇਤਰ ਨੂੰ ਤਿਆਗ ਕੇ। ਹਾਂਜੀ, ਤਬ ਪਰ ਪਹਾਰੀਅਨ ਇਨ ਗਤ ਜਾਣ, ਹੱਟ ਕਾਲਿਓ ਹੇਲਾ ਕਮਸਾਨ, ਪਹਾੜੀਆਂ ਨੇ ਵੇਖ ਲਿਆ ਵੀ ਸਿੰਘ ਪਿੱਛੇ ਮੁੜਦੇ ਜਾ ਰਹੇ ਆ, ਉਹ ਜਿਹੜੇ ਭੱਜੇ ਜਾ ਰਹੇ ਸਨ ਉਹਨਾਂ ਮੁੜ ਆ ਕੇ ਖਾਲਸੇ 'ਤੇ ਹਮਲਾ ਕਰ ਦਿੱਤਾ ਜੀ, ਮੁੜ ਆ ਕੇ ਹਮਲਾ ਕਰਤਾ। ਹਾਂਜੀ, ਪਰੀ ਖਾਲਸੇ ਮੈਂ ਬਹੁ ਭਾਜ, ਹੁਣ ਖਾਲਸੇ ਕੋਲ ਸ਼ਸਤਰ ਨਹੀਂ ਚੱਲ ਰਹੇ ਜੀ, ਕਿਉਂ ਮਹਾਰਾਜ ਦੀ ਖੁਸ਼ੀ ਨਹੀਂ ਨਾ ਮਿਲੀ ਜੀ, ਹੁਣ ਪਹਿਲਾਂ ਹੁਕਮ ਮੰਨਿਆ ਰਹਿੰਦਾ ਅਤੇ ਖੁਸ਼ੀ ਰਹਿਣੀ ਸੀ, ਹੁਣ ਉਹ ਸ਼ਸਤਰ ਉਹ ਹੀ ਹੈ ਪਰ ਹੁਣ ਚੱਲ ਨਹੀਂ ਰਹੇ। ਹਾਂਜੀ, ਪਿਛੇ ਭੱਜੇ ਤਿਆਗ ਸਭ ਲਾਜ, ਹੁਣ ਖਾਲਸਾ ਭੱਜਣ ਨੂੰ ਤਿਆਰ ਹੋ ਗਿਆ ਜੀ, ਜੇ ਮਹਾਰਾਜ ਦੇ ਬਚਨ ਵਿੱਚ ਰਹਿੰਦੇ, ਬਚਨ 'ਚ ਬੜੀ ਸ਼ਕਤੀ ਹੈ, ਪਹਾੜੀਏ ਭੱਜ ਰਹੇ ਸਨ ਪਰ ਇਹ ਮਹਾਰਾਜ ਦੇ ਬਚਨ ਵਿੱਚ ਨਹੀਂ ਰਹੇ, ਹੁਣ ਖਾਲਸਾ ਭੱਜਣ ਨੂੰ ਤਿਆਰ ਹੋ ਗਿਆ ਜੀ। ਸਿੰਘ ਇਹ ਸਮਝ ਲੈਂਦੇ ਨੇ ਅਸੀਂ ਆ ਜੋ ਆ ਗੁਰੂ ਸਾਹਿਬ ਨੂੰ ਵਿਸਾਰ ਦਿੰਦੇ ਹੈ ਜੀ, ਸਾਧ ਸੰਗਤ ਜੀ ਨਹੀਂ ਗੁਰੂ ਸਾਹਿਬ ਕਰਕੇ ਜੋ ਹਾਂ ਉਹ ਹਾਂ, ਜੇ ਵਿੱਚੋਂ ਗੁਰੂ ਸਾਹਿਬ ਨੂੰ ਕੱਢ ਦਿਓ ਕਿੰਨੇ ਟਿਕਣਾ, ਇੱਥੋਂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਹੋ ਜੇ ਕੌਣ ਬਹਿੰਦਾ ਜੀ ਇੱਥੇ ਜੀ? ਇਹ ਸਤਿਗੁਰੂ ਜੀ ਦੇ ਕਰਕੇ ਰੌਣਕਾਂ, ਹੱਥ ਜੋੜੋ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਉਂ ਹੀ ਗਏ, ਹੁਣ ਖਾਲਸੇ ਨੂੰ ਭੱਜਣਾ ਪੈ ਰਿਹਾ, ਪਹਾੜੀਏ ਆ ਕੇ ਹਮਲਾ ਕਰਨ ਦੇ, ਜੰਗ ਨਹੀਂ ਹੋ ਰਿਹਾ ਖਾਲਸੇ ਕੋਲੋਂ।
ਕਣੇ ਪਰੇ ਸ਼ਸਤਰਾਂ ਕੀ ਮਾਰ, ਸ਼ਸਤਰਾਂ ਦੀ ਮਾਰ ਪੈਣੀ ਸ਼ੁਰੂ ਹੋ ਗਈ ਜੀ ਸਿੰਘਾਂ ਤੇ। ਕਿਤ ਕੋ ਉੱਚੇ ਕੀਨ ਪੁਕਾਰ, ਕਈ ਤੇ ਉੱਚੀ ਉੱਚੀ ਪੁਕਾਰ ਪੁਕਾਰ ਕੇ ਜੰਗ ਦੇ ਮੈਦਾਨ ਵਿੱਚੋਂ ਸਤਿਗੁਰੂ ਜੀ ਨੂੰ ਆਵਾਜ਼ਾਂ ਮਾਰਨ ਲੱਗ ਪਏ। ਸ਼੍ਰੀ ਪ੍ਰਭ ਪੰਥ ਆਪ ਕੋ ਅਹੈ, ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਿਗੁਰੂ ਮਹਾਰਾਜ ਪੰਥ ਤੇ ਤੁਹਾਡਾ ਹੀ ਹੈ। ਕਟਿਆ ਹੋਤ ਪਰਾਜੈ ਲਹੈ, ਮਾਰੇ ਜਾ ਰਹੇ ਆ ਮਹਾਰਾਜ, ਹਾਰ ਜਾਵਾਂਗੇ ਸੱਚੇ ਪਾਤਸ਼ਾਹ। ਕਿਉ ਨਾ ਸੰਭਾਰਤ ਹਟ ਪਿਛਵਾਈ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਪਿੱਛੇ ਕਿਉਂ ਨੀ ਮੁੜ ਰਹੇ, ਸਾਡੇ ਵੱਲ ਵੇਖਣ ਕਿਉਂ ਨੀ ਦਏ ਸੱਚੇ ਪਾਤਸ਼ਾਹ। ਕੌਣ ਖਤਾਇਨ ਕੇ ਗਰ ਪਾਈ, ਮਹਾਰਾਜ ਕਿਹੜੀ ਗਲਤੀ ਆ ਕੇ ਸਾਡੇ ਗੜ ਪੈ ਗਈ ਹੈ, ਮਹਾਰਾਜ ਕਿਰਪਾ ਕਰੋ ਮੁੜ ਸਾਡੇ ਵੱਲ ਵੇਖੋ, ਮਹਾਰਾਜ ਸਾਡੀ ਅਗਵਾਈ ਕਰੋ ਸੱਚੇ ਪਾਤਸ਼ਾਹ। ਜੇਕਰ ਸਿੰਘ ਹੋਵੇ ਅਵਗੁਣ ਆਰੇ, ਸਿੰਘ ਆ ਕੇ ਨਾ ਬੇਨਤੀਆਂ ਕਰਦੇ, ਮਹਾਰਾਜ ਜੇ ਅਸੀਂ ਔਗੁਣ ਆ ਰਹੇ ਹਾਂ, ਸਾਡੇ ਵਿੱਚ ਬੇਅੰਤ ਔਗੁਣ ਹਨ, ਅਸੀਂ ਮੰਨਦੇ ਹਾਂ ਸੱਚੇ ਪਾਤਸ਼ਾਹ। ਤਉ ਆਪ ਕੇ ਜਗਤੋ ਚਾਰੇ, ਪਰ ਲੋਕ ਤੇ ਕਹਿੰਦੇ ਆ ਨਾ ਗੁਰੂ ਦੇ ਸਿੰਘ ਨੇ, ਗੱਜ ਕੇ ਆਖੋ ਵਾਹਿਗੁਰੂ, ਲੋਕਾਂ ਤੇ ਉਹ ਕਹਿਣਾ ਗੁਰੂ ਦੇ ਸਿੰਘ ਹਾਰ ਗਏ, ਮਹਾਰਾਜ ਲੋਕਾਂ ਤੇ ਸਾਨੂੰ ਤੁਹਾਡੇ ਹੀ ਕਹਿਣਾ। ਉੱਚੀ ਉੱਚੀ ਬੋਲ ਰਹੇ ਹਨ, ਮਿਲੇ ਆਨ ਕੋ ਹੈਣ ਤਵਾਏ, ਕਈ ਤੇ ਘੋੜਾ ਭਜਾ ਕੇ ਆ ਕੇ ਸਤਿਗੁਰੂ ਜੀ ਨੂੰ ਮੁੜ ਮਿਲੇ ਜੀ ਆ ਕੇ, ਜਿੱਧਰ ਮਹਾਰਾਜ ਜਾ ਰਹੇ ਸਨ ਵਾਪਸ ਇਕੱਲੇ, ਉਧਰ ਕਈ ਸਿੰਘ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਪਹੁੰਚੇ ਹੈ। ਹਾਂਜੀ, ਕਰਤ ਪੁਕਾਰਨ ਸੋ ਆਏ ਕਨੇਰੀ, ਬੜੀ ਘਣੀ ਪੁਕਾਰ ਉੱਚੀ ਉੱਚੀ ਪੁਕਾਰਾਂ ਕਰਦੇ ਕਰਦੇ ਗਰੀਬ ਨਵਾਜ ਸਤਿਗੁਰੂ ਜੀ ਤੱਕ ਘੋੜੇ ਪਹੁੰਚਾਏ ਕਈਆਂ ਨੇ ਆਪਣੇ। ਹਿਤ ਹੇਰਨ ਆਰ ਗਰੀਬ ਨਾ ਫੇਰੀ, ਮਹਾਰਾਜ ਨੂੰ ਆਵਾਜ਼ਾਂ ਮਾਰਨ ਦੇ ਹੈ, ਮਹਾਰਾਜ ਨੇ ਅਨੰਦਪੁਰ ਸਾਹਿਬ ਵੱਲ ਮੁੱਖ ਕੀਤਾ, ਧੌਣ ਵੀ ਪਿੱਛੇ ਘੁਮਾ ਕੇ ਨਹੀਂ ਵੇਖੀ ਮਹਾਰਾਜ ਨੇ, ਗਰਦਨ ਵੀ ਪਿੱਛੇ ਘੁਮਾ ਕੇ ਨਹੀਂ ਵੇਖਿਆ ਵੀ ਕੌਣ ਆਵਾਜ਼ ਮਾਰ ਰਿਹਾ, ਇਹ ਸਾਰਾ ਕੁਝ ਤਾਂ ਕਰਨ ਦੇ ਆ ਖਾਲਸਾ ਹੋਰ ਹੁਕਮ ਮੰਨਣ ਚ ਪੱਕਾ ਹੋ ਜਾਏ। ਹਾਂਜੀ, ਕਹੇ ਬਹੁਤ ਪ੍ਰਭ ਛਿਨ ਪਰ ਥਿਰੋ, ਬਹੁਤ ਕਹਿੰਦੇ ਸਨ ਸਿੰਘ ਪਿੱਛੋਂ, ਮਹਾਰਾਜ ਇੱਕ ਛਿਨ ਵਾਸਤੇ ਘੋੜਾ ਰੁਕਾ ਦਿਓ, ਇੱਕ ਛਿਨ ਵਾਸਤੇ ਰੁਕ ਜਾਓ ਸੱਚੇ ਪਾਤਸ਼ਾਹ, ਸਾਡੀ ਬੇਨਤੀ ਹੈ ਤੁਹਾਡੇ ਚਰਨਾਂ ਚ। ਲੜਤ ਪੰਥ ਅਵਲੋਕਨ ਕਰੋ, ਆਪਣੇ ਪੰਥ ਨੂੰ ਲੜਦਾ ਹੋਇਆ ਵੇਖੋ ਮਹਾਰਾਜ, ਮਹਾਰਾਜ ਸਾਹਮਣੇ ਖਲੋ ਕੇ ਵੇਖੀ ਜਾਣ ਨਾ, ਇਹੋ ਹੀ ਬੜੀ ਵੱਡੀ ਗੱਲ ਹੈ ਸਾਧ ਸੰਗਤ ਜੀ। ਹਾਂਜੀ, ਕਹੇ ਜਬ ਰਹੇ ਖਰੇ ਨਾ ਹੋਏ, ਨੌਰੰਗ ਸਿੰਘ ਮਿਲਿਓ ਪ੍ਰਭ ਜੋਏ, ਘੋੜਾ ਹੌਲੀ ਕਰ ਲਿਆ ਪਰ ਸੱਚੇ ਪਾਤਸ਼ਾਹ ਰੁਕੇ ਨੇ, ਤੇ ਭਾਈ ਨੌਰੰਗ ਸਿੰਘ ਉਹਨਾਂ ਦੇ ਵਿੱਚ ਸਨ ਸਾਧ ਸੰਗਤ ਜੀ। ਹਾਂਜੀ, ਤੁਰਤ ਤੁਰੰਗ ਉਤਰਿਓ ਅਗਵਾਈ, ਉਹ ਛੇਤੀ ਨਾਲ ਆਪਣੇ ਘੋੜੇ ਤੋਂ ਘੋੜਾ ਅੱਗੇ ਕਰਕੇ ਨਾ ਆਪਣੇ ਘੋੜੇ ਤੋਂ ਉਤਰੇ, ਲਕੀਰ ਦਈ ਸਹਸਾਈ, ਤੀਰ ਦੇ ਨਾਲ ਮਹਾਰਾਜ ਦੇ ਘੋੜੇ ਅੱਗੇ ਨਾ ਸਾਧ ਸੰਗਤ ਜੀ ਲੀਕ ਖਿੱਚ ਦਿੱਤੀ ਉਹਨਾਂ ਨੇ ਜੀ, ਭਾਈ ਸਾਹਿਬ ਨੇ ਲਕੀਰ ਖਿੱਚ ਦਿੱਤੀ, ਸਤਿਗੁਰੂ ਜੀ ਘੋੜੇ ਤੇ ਬੈਠੇ ਆ, ਉਹਨੇ ਘੋੜੇ ਅੱਗੇ ਲਕੀਰ ਖਿੱਚ ਦਿੱਤੀ ਜੀ। ਹਾਂਜੀ, ਭਾਖਿਓ ਨੀਲਾ ਥਿਰੋ ਥਿਆਏ, ਕਹਿਣ ਲੱਗੇ ਨੀਲੇ ਇੱਥੇ ਖਲੋ ਜਾ, ਅੱਗੇ ਨਹੀਂ ਉਹ ਵਧਣਾ, ਗੱਜ ਕੇ ਆਖੋ ਵਾਹਿਗੁਰੂ, ਮਾਂ ਲਾ ਦਿੰਦੇ ਫਿਰ ਸਿੰਘ ਵੀ ਮੋਰਚਾ, ਸਾਧ ਸੰਗਤ ਜੀ ਲਾਤਾ ਸਿੰਘ ਨੇ ਮੋਰਚਾ, ਪਾਤੀ ਨੀਲੇ ਨੂੰ ਸਤਿਗੁਰੂ ਜੀ ਦੀ ਆਣ ਵਾਸਤਾ ਪਾਤਾ, ਨੀਲੇ ਅੱਗੇ ਨਹੀਂ ਉਹ ਜਾਣਾ ਹੁਣ ਤੂੰ। ਹਾਂਜੀ, ਗੁਰ ਕੀ ਆਣ ਅਗਰ ਨਹਿ ਜਾਏ, ਤੈਨੂੰ ਗੁਰੂ ਸਾਹਿਬ ਦਾ ਵਾਸਤਾ, ਹੁਣ ਤੂੰ ਇੱਕ ਵੀ ਪੌੜ ਅੱਗੇ ਨਹੀਂ ਜਾਣਾ, ਗੱਜ ਕੇ ਆਖੋ ਵਾਹਿਗੁਰੂ, ਰੋਕਤਾ ਨੀਲੇ ਨੂੰ, ਨੀਲੇ ਹੁਣ ਨਹੀਂ ਉਹ ਅੱਗੇ ਆਉਣਾ, ਤੈਨੂੰ ਗੁਰੂ ਜੀ ਦਾ ਹੀ ਵਾਸਤਾ ਜੀ, ਮਹਾਰਾਜ ਦੇ ਨੀਲੇ ਦੇ ਉੱਤੇ ਬੈਠੇ ਹੈ, ਪਰ ਨੀਲੇ ਨੂੰ ਸਾਧ ਸੰਗਤ ਜੀ ਵਾਸਤਾ ਪਾ ਦਿੱਤਾ ਭਾਈ ਨੌਰੰਗ ਸਿੰਘ ਨੇ ਸਤਿਗੁਰੂ ਜੀ ਦਾ ਹੀ। ਹਾਂਜੀ, ਸੁਣ ਕਰ ਦਲ ਬਿਦਾਰ ਥੰਮ ਗਇਓ, ਘੋੜੇ ਦਾ ਨਾਮ ਦਲ ਬਿਦਾਰ, ਉਹ ਉੱਥੇ ਹੀ ਰੁਕ ਗਿਆ ਜੀ ਮਹਾਰਾਜ ਦੀ ਆਣ ਸੁਣ ਕੇ। ਹਾਂਜੀ, ਪਾਏ ਅਗਰ ਨਹਿ ਪਾਵਤ ਭਇਓ, ਉਹ ਇੱਕ ਕਦਮ ਵੀ ਅੱਗੇ ਨਹੀਂ ਹੋਇਆ ਜੀ ਫਿਰ ਘੋੜਾ। ਹਾਂਜੀ, ਤਬ ਗੁਰ ਮਾਰਿਓ ਏਡਨ ਜੋਰਾ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬੜੇ ਜ਼ੋਰ ਨਾਲ ਘੋੜੇ ਨੂੰ ਅੱਡੀ ਮਾਰੀ ਹੈ। ਹਾਂਜੀ, ਲੰਘਿਓ ਲਕੀਰ ਨਹੀਂ ਕਿ ਮਕੋਰਾ, ਪਰ ਘੋੜਾ ਵੀ ਲਕੀਰ ਨਹੀਂ ਟੱਪਿਆ ਜੀ, ਗੱਜ ਕੇ ਆਖੋ, ਘੋੜਾ ਵੀ ਸਵਾਮੀ ਭਗਤ ਹੈ, ਉਹਦੇ ਹੀ ਸਤਿਗੁਰੂ ਦਾ ਵਾਸਤਾ ਪਾਇਆ, ਘੋੜਾ ਕਿਵੇਂ ਅੱਗੇ ਵਧੇ, ਮਾਰਨ ਨੇ ਲਾਈ ਅੱਡੀ ਪਰ ਸਾਧ ਸੰਗਤ ਉਹ ਨਹੀਂ ਅੱਗੇ ਵਧਿਆ।
ਹਾਂਜੀ ਸ਼ਰੀ ਹਾਥ ਮੈਂ ਪਤਰੀ ਹੋਤੀ, ਮਹਾਰਾਜ ਦੇ ਹੱਥ ਵਿੱਚ ਇੱਕ ਪਤਲੀ ਛੜੀ ਸੀ, ਸੋਟੀ ਸੀਗੀ ਇੱਕ। ਹਾਂਜੀ ਦਵੈ ਚਾਰਕ ਕਰ ਬਲ ਤੇ ਹਤੀ, ਦੋ ਚਾਰ ਸੋਟੀਆਂ ਬੜੇ ਜ਼ੋਰ ਨਾਲ ਸੱਚੇ ਪਾਤਸ਼ਾਹ ਨੇ ਘੋੜੇ ਨੂੰ ਮਾਰੀਆਂ। ਹਾਂਜੀ ਖਾਏ ਮਾਰਨ ਹੈ ਚਰਨ ਉਠਾਵਾ, ਘੋੜਾ ਮਾਰ ਤੇ ਖਾਂਦਾ ਰਿਹਾ ਪਰ ਘੋੜਾ ਅੱਗੇ ਨਾ ਵਧੇ ਨੀ ਹੁਣ ਦੀ। ਹਾਂਜੀ ਹੁਰਕਤ ਇੱਥੇ ਤਿਆਗਰ ਨਾ ਜਾਵਾ, ਇੱਧਰ ਉੱਧਰ ਫੁੰਕਾਰੇ ਮਾਰੇ, ਕਦੀ ਐਨੂੰ ਮੁੱਖ ਕਰ ਲਏ ਕਦੀ ਐਨੂੰ ਮੁੱਖ ਕਰ ਲਵੇ, ਪਰ ਸਾਧ ਸੰਗਤ ਜੀ ਘੋੜਾ ਵੀ ਅੱਗੇ ਨਾ ਇੱਕ ਕਦਮ ਚੁੱਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੀਲੇ ਚੱਲ, ਅਤੇ ਭਾਈ ਨੌਰੰਗ ਸਿੰਘ ਨੀਲੇ ਅੱਗੇ ਲਕੀਰ ਪਾ ਕੇ ਕਹਿੰਦੇ ਨੀਲੇ ਤੈਨੂੰ ਸਤਿਗੁਰੂ ਦਾ ਵਾਸਤਾ, ਤੂੰ ਅੱਗੇ ਪੈਰ ਨਹੀਂ ਉਹ ਪੈਣਾ, ਅੱਜ ਖਾਲਸੇ ਨੇ ਹਾਰ ਜਾਣਾ ਹੀ। ਕਹਿੰਦੇ ਇੱਥੋਂ ਪਤਾ ਲੱਗ ਗਿਆ ਨਾ ਆਪਣਾ ਬਲ ਕੁਝ ਵੀ ਨਹੀਂ ਹੈ, ਜੋ ਵੀ ਹੈ ਉਹ ਸਤਿਗੁਰੂ ਹੀ ਹਨ ਜੀ। ਹਾਂਜੀ ਜਿਉਂ ਨਹਿਰੀ ਕੰਟਕ ਮੁਖ ਦੇਨੇ, ਮਾਨੋ ਕੰਡਿਆਲਾ ਕੜਿਆਲਾ ਜਿਹੜਾ ਉਹਦੇ ਮੁਖ ਵਿੱਚ ਦਿੱਤਾ ਹੋਵੇ ਉਹ ਅੱਗੇ ਪੈਰ ਨਹੀਂ ਵਧਾਉਂਦਾ। ਰੁਕਿਆ ਤੁਸੀਂ ਤੈਸੀ ਬਿੱਧ ਚੇਨੇ, ਮਾਰ ਖਾ ਰਿਹਾ ਨੀਲਾ, ਮਹਾਰਾਜ ਕੋ ਸੋਟੀਆਂ ਖਾ ਰਿਹਾ ਪਰ ਅੱਗੇ ਨਹੀਂ ਵੱਧਦਾ। ਜਬ ਸਤਿਗੁਰ ਹੈ ਏਵ ਬਿਲੋਕਾ, ਸੱਚੇ ਪਾਤਸ਼ਾਹ ਨੇ ਇਸ ਤਰੀਕੇ ਨਾਲ ਘੋੜੇ ਨੂੰ ਵੇਖਿਆ ਵੀ ਘੋੜੇ ਨੂੰ, ਘੋੜਾ ਅਸਲ 'ਚ ਸਾਡੀ ਆਣ 'ਤੇ ਰੁਕਿਆ ਹੋਇਆ, ਸਾਡੇ ਵਾਸਤੇ ਕਰਕੇ ਰੁਕਿਆ। ਹਾਂਜੀ ਦੇ ਕਰ ਆਣ ਚੱਲਣ 'ਤੇ ਰੋਕਾ, ਹਾਂਜੀ ਤਰੇ ਉੱਤਰ ਕਰ ਤਹਿਤ ਤਤਕਾਲੇ, ਮਹਾਰਾਜ ਫਿਰ ਘੋੜੇ ਤੋਂ ਥੱਲੇ ਉੱਤਰ ਗਏ ਸੱਚੇ ਪਾਤਸ਼ਾਹ। ਹਾਂਜੀ ਕਲਗੀ ਧਰ ਭਾਖਿਓ ਆਸ ਨਾਲੇ, ਹਜ਼ੂਰ ਗਰੀਬ ਨਵਾਜ਼ ਘੋੜੇ ਨੂੰ ਮਹਾਰਾਜ ਇਸ ਤਰ੍ਹਾਂ ਕਹਿੰਦੇ ਹਨ, ਪ੍ਰਥਮ ਜਨਮ ਤੇਰੋ ਹਮ ਜਾਣੇ, ਕਹਿੰਦੇ ਪਤਾ ਸਾਨੂੰ ਤੇਰਾ ਵੀ ਜਨਮ ਪਿਛਲਾ, ਤੂੰ ਕੌਣ ਹੈ। ਹਾਂਜੀ ਜਿਸ ਤੇ ਥਿਰਿਓ ਬਾਕ ਸਿੱਖ ਮਾਨਿਓ, ਜਿਹਦੇ ਕਰਕੇ ਤੂੰ ਇਸ ਸਿੱਖ ਦੀ ਗੱਲ ਮੋੜਨ ਨਹੀਂ ਦਿਆ, ਸਾਡੇ ਕਹੇ ਤੇ ਵੀ ਅੱਗੇ ਨਹੀਂ ਚੱਲਦਾ। ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਤੇਰਾ, ਉਹ ਤਾਂ ਮਸੰਦ ਲੇ ਤਾਂ ਬਹੁਤ ਧਨ ਕੋ, ਮਹਾਰਾਜ ਕਹਿੰਦੇ ਤੂੰ ਮਸੰਦ ਹੀ ਸਾਂ ਪਿਛਲੇ ਜਨਮਾਂ ਦਾ। ਹਾਂਜੀ ਰਹਿਓ ਅਚਤ ਭੋਜਨ ਤਬ ਇਨ ਕੋ, ਬੜਾ ਮਹਾਰਾਜ ਕਹਿੰਦੇ ਇਹਨਾਂ ਸਿੱਖਾਂ ਕੋ ਲੈ ਲੈ ਤੂੰ ਪ੍ਰਸ਼ਾਦਾ ਛਕਿਆ, ਹੁਣ ਤੂੰ ਉਹਨਾਂ ਦੀ ਗੱਲ ਕਿਵੇਂ ਮੋੜਦੀ ਹੈ, ਗੱਜ ਕੇ ਆਖੋ ਵਾਹਿਗੁਰੂ। ਪਰ ਘੋੜਾ ਵੀ ਸਾਧ ਸੰਗਤ ਕੀ ਕਰੇ, ਜਦੋਂ ਸਤਿਗੁਰੂ ਦਾ ਹੀ ਵਾਸਤਾ ਪਾਇਆ ਸਿੰਘ ਹਾਰ ਦੇ ਵੇਖ ਰਹੇ, ਘੋੜੇ ਨੂੰ ਕਿੰਨੀ ਸੋਝੀ ਹੈ, ਉਹ ਵੀ ਅੱਗੇ ਨਹੀਂ ਵੱਧਦਾ। ਹਾਂਜੀ ਸਿੱਖਣ ਤੇ ਲੈ ਕਰ ਗੁਰ ਕਾਰ, ਖਾਵਤ ਰਹੇ ਅਨੇਕ ਪ੍ਰਕਾਰ, ਸੁਣ ਸਤਿਗੁਰ ਤੇ ਜਥਾ ਅਲਾਇਓ, ਮਹਾਰਾਜ ਜੋ ਵੀ ਕਹਿਣ ਨਾ ਦਲਬਦਾਰ ਨੀਲਾ ਘੋੜਾ ਮਹਾਰਾਜ ਦੀ ਸਾਰੀ ਗੱਲ ਧਿਆਨ ਨਾਲ ਸੁਣੇ। ਸਿਰ ਹਿਲਾਏ ਘੋੜਾ ਫੁਰਕਾਇਓ, ਘੋੜਾ ਨਾ ਸਿਰ ਹਿਲਾਉਂਦਾ ਠਾਂ ਨੂੰ ਵੀ ਮਹਾਰਾਜ ਤੁਸੀਂ ਜੋ ਕਹਿ ਰਹੇ ਹੋ ਠੀਕ ਹੀ ਕਹਿ ਰਹੇ ਹੋ, ਸੱਚੇ ਪਾਤਸ਼ਾਹ ਮਹਾਰਾਜ ਜੋ ਕਹਿ ਰਹੇ ਹੋ ਤੁਸੀਂ ਠੀਕ ਕਹਿ ਰਹੇ ਹੋ ਸਤਿਗੁਰੂ ਜੀ। ਘੋੜਾ ਵੀ ਸਿਰ ਹਿਲਾ ਹਿਲਾ ਕੇ ਮਹਾਰਾਜ ਨੂੰ ਦੱਸਦਾ। ਹਾਂਜੀ ਤਬ ਸ਼੍ਰੀ ਪ੍ਰਭ ਬੈਠੇ ਤੇ ਸਥਾਨਾ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਲਾਗੇ ਇੱਕ ਥੜੇ ਤੇ ਸੱਜ ਗਏ, ਸਭਨ ਸੁਨਾਵਤ ਉੱਚ ਬਖਾਨਾ, ਹਜ਼ੂਰ ਗਰੀਬ ਨਵਾਜ਼ ਨੇ ਵੇਖਿਆ ਹੁਣ ਖਾਲਸੇ ਦੀ ਲਾਜ ਰੱਖਣੀ ਪੈਣੀ ਹੈ, ਗੱਜ ਕੇ ਹੱਕ ਮਹਿਸੂਸ ਹੀ ਕਰਾਉਣਾ ਸੀਗਾ, ਮਹਿਸੂਸ ਹੋ ਗਿਆ ਖਾਲਸੇ ਦੇ ਅੰਦਰੋਂ ਜਿਹੜੀ ਮਾੜੀ ਮੋਟੀ ਆ ਗਈ ਸੀ ਨਾ ਉਹ ਨਿਕਲ ਗਈ ਹੈ, ਹੁਣ ਮਹਾਰਾਜ ਨੇ ਫਿਰ ਮੇਰਾ ਦਾ ਮੀਂਹ ਵਰਸਾ ਦੇਣਾ। ਹਾਂਜੀ ਦੋਹਰਾ ਖਾਲਸਾ ਗੁਰ ਗੁਰ ਖਾਲਸਾ ਥਿਰਿਓ ਖਾਲਸਾ ਜੁੱਧ, ਮਹਾਰਾਜ ਕਹਿੰਦੇ ਜਿਹੜਾ ਖਾਲਸਾ ਉਹਦੇ 'ਚ ਹਉਮੈ ਨਹੀਂ ਆਉਂਦੀ, ਇਹੋ ਜਿਹਾ ਖਾਲਸਾ ਗੁਰੂ ਹੈ ਅਤੇ ਗੁਰੂ ਖੁਦ ਖਾਲਸਾ ਹੈ। ਮਹਾਰਾਜ ਕਹਿੰਦੇ ਹੁਣ ਜਾ ਕੇ ਜੰਗ ਕਰੋ ਇੱਕ ਵਾਰ ਦੁਬਾਰਾ। ਕਹਿੰਦੇ ਹਾਂਜੀ ਹਤਿਓ ਰਿਪਨ ਦਲ ਕੋ ਦਲ ਹੋ ਪਕਰ ਹੋ ਸ਼ਸਤਰਨ ਕ੍ਰੋਧ, ਮਹਾਰਾਜ ਕਹਿੰਦੇ ਫੜ ਲਓ ਸ਼ਸਤਰ ਜਾ ਕੇ, ਗੁਰੂ ਨਾਨਕ ਸਾਹਿਬ ਸਹਾਇਤਾ ਕਰਨਗੇ, ਮਾਰੋ ਜਾ ਕੇ ਪਹਾੜੀਆਂ ਨੂੰ। ਮਹਾਰਾਜ ਕਹਿੰਦੇ ਹਾਂਜੀ ਚੌਪਈ ਸੁਣ ਸਤਿਗੁਰ ਕੇ ਵਰ ਸਮ ਬੈਣ, ਹਟਿਓ ਖਾਲਸਾ ਰਿਸ ਕਰ ਨੈਣ, ਹਜ਼ੂਰ ਗਰੀਬ ਨਵਾਜ਼ ਜੀ ਦੇ ਵਰ ਵਰਗੇ ਬਚਨ ਸੁਣ ਕੇ, ਵਾਰੀ ਸੀਗਾ ਇੱਕ ਪ੍ਰਕਾਰ ਦਾ ਖਾਲਸੇ ਨੂੰ ਚਾਅ ਚੜ੍ਹ ਗਿਆ, ਸਾਡੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਮੰਨ ਗਏ ਸਾਡੇ ਨਾਂ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਮਹਾਰਾਜ ਰਾਜੀ ਹੋ ਗਏ ਹੈ, ਪ੍ਰਸੰਨ ਹੋ ਗਏ ਹੈ, ਖਾਲਸਾ ਮੁੜ ਤਿਆਰ ਬਰ ਤਿਆਰ ਹੋ ਕੇ ਪਿੱਛੇ ਮੁੜ ਪਿਆ। ਤਰ ਜਵਾਲਾ ਬੰਮਣੀ ਅਰ ਦਮਣੀ, ਆਹ ਸੰਗਤ ਜੀ ਜਿਹਨਾਂ ਬੰਦੂਕਾਂ 'ਚ ਜੇ ਗੋਲੀਆਂ ਸਨ ਚਲਾਉਂਦੇ ਹੈ ਅਸਰ ਬੜਾ ਹੁੰਦਾ ਹੁਣ ਸ਼ਸਤਰਾਂ ਦਾ ਅੱਗੇ ਜਾ ਕੇ। ਹਾਂਜੀ ਸ਼ੋਰ ਗੁਲਕਾ ਗਣ ਰਿਪ ਸ਼ਮਨੇ, ਦੁਸ਼ਮਣ ਨੂੰ ਮਾਰਨ ਵਾਲੀਆਂ ਗੋਲੀਆਂ ਹੁਣ ਖਾਲਸਾ ਛੱਡ ਰਿਹਾ ਹੈ। ਸ਼੍ਰੀ ਗੁਰ ਥਿਰ ਹੋਵੇ ਤਨਖ ਸੰਭਾਰੇ, ਗੁਰੂ ਸਾਹਿਬ ਉੱਥੇ ਹੀ ਸਥਿਰ ਹੋ ਗਏ,
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਧਨੁਸ਼ ਕੱਢਿਆ ਜੀ, ਆਪਣਾ ਕਮਾਨ ਕੱਢਿਆ। ਹਾਂਜੀ, ਸਪਤ ਬਾਣ ਐਂਚਨ ਕਰ ਮਾਰੇ, ਸੱਤ ਤੀਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਸੱਤ ਤੀਰ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਖਿੱਚ ਖਿੱਚ ਕੇ ਫੌਜਾਂ ਵੱਲ ਚਲਾਏ ਜੀ, ਸੱਤ ਤੀਰ ਜੀ। ਹਾਂਜੀ, ਪਰੇ ਗਗਨ ਮਹਿ ਗਰਵ ਗੁੰਜਾਰ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਤ ਤੀਰ ਛੱਡੇ, ਸੱਤ ਬਾਣ ਛੱਡੇ, ਆਕਾਸ਼ ਵਿੱਚ ਵੱਡੀ ਗੂੰਜ ਹੋਈ ਸਤਸੰਗਤ ਦੀ, ਬੜੀ ਆਵਾਜ਼ ਆਈ ਆਕਾਸ਼ ਵਿੱਚ ਉਸ ਸਮੇਂ। ਹਾਂਜੀ, ਬਿਸਮਾਨੇ ਰਿਪ ਸੁਨ ਤੁੰਕਾਰ, ਉਹ ਪਹਾੜੀਏ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਤੀਰ ਦੀ, ਉਹ ਛੱਡਣ ਦੀ ਜਿਹੜੀ ਆਵਾਜ਼ ਸੀ ਆਕਾਸ਼ ਵਿੱਚੋਂ ਪੈਦਾ ਹੋ ਰਹੇ, ਉਹਨੂੰ ਸੁਣ ਕੇ ਡਰ ਗਏ। ਇੱਕ ਹੀ ਵਾਰ ਹਟੇ ਸਭ ਸਿੰਘ, ਇੱਕ ਵਾਰ ਵਾਹਿਗੁਰੂ ਸਾਰੇ ਸਿੰਘ ਇੱਕੇ ਵਾਰ ਹੀ ਆਪ ਵਾਪਸ ਮੁੜ ਪਏ। ਮ੍ਰਿਗ ਬਿਲੋਕ ਜਿਉਂ ਭੁੱਖਾ ਸਿੰਘ, ਹੁਣ ਵੀਰ ਰਸ ਆਇਆ ਜਿਵੇਂ ਹਿਰਣਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ, ਹੁਣ ਤਾਂ ਸ਼ੇਰ ਨਹੀਂ ਭੱਜੇ ਜਾਂਦੇ, ਹੁਣ ਖਾਲਸਾ ਮੁੜ ਭੱਜਿਆ ਜਾਂਦਾ ਹੈ। ਅਗਰ ਜੋ ਮਾਰਤ ਆਵਤ ਧਾਏ, ਕਿਤਕ ਹਤੇ ਕੋ ਮਾਰ ਹਟਾਏ, ਧਾਵਾ ਕਰਕੇ ਸਾਧ ਸੰਗਤ ਜੀ ਫਿਰ ਕਈ ਪਹਾੜੀ ਮਾਰੇ, ਹੁਣ ਖਾਲਸਾ ਖਲੋਤਾ, ਉੱਤੋਂ ਮਹਾਰਾਜ ਨੇ ਤੀਰ ਛੱਡੇ, ਪਹਾੜੀਆਂ ਨੂੰ ਇੱਕੋ ਤੀਰ ਹੀ ਮਾਰੀ ਜਾਵੇ ਜੀ, ਅਤੇ ਤਾਂ ਸੱਤ ਮਹਾਰਾਜ ਨੇ ਭੇਜੇ ਸੀ ਤੀਰ ਜੀ, ਉਹ ਹਟਣ ਹੀ ਨਾ ਸੱਤੇ ਤੀਰ, ਅਤੇ ਸਾਧ ਸੰਗਤ ਜੀ ਹੁਣ ਤਾਂ ਪਹਾੜੀਏ ਪਛਾਂ ਭੱਜਣ ਨੂੰ ਤਿਆਰ ਹੋ ਗਏ ਹੈ। ਹਾਂਜੀ, ਤੋਮਰ ਸੇਲੇ ਸਾਂਗ ਪ੍ਰਹਾਰੇ, ਹਾਂਜੀ, ਸਿਪਰ ਅਗਰ ਕਰ ਕਿਸ ਪਗ ਮਾਰੇ, ਗੁਰ ਬਚ ਤੇ ਸ਼ਹੀਦ ਗਨ ਦੌਰੇ, ਪਰੇ ਹੇਲ ਕਰ ਪੇਰ ਪਬੋਰੇ। ਆਖੋ ਇਹ ਬਚਨ ਅੱਜ ਵੀ ਵਰਤਦਾ, ਮੈਂ ਥੋੜ੍ਹੀ ਜਿਹੀ ਗੱਲ ਕਹਿ ਕੇ ਬਚਨ ਕਹਿ ਕੇ ਸਮਾਪਤੀ ਕਰਨ ਲੱਗਾ। ਮਹਾਰਾਜ ਨੇ ਬਚਨ ਕੀਤਾ ਸੀਗਾ, ਮਹਾਰਾਜ ਜੀ ਦੇ ਬਚਨ ਨਾਲ ਸ਼ਹੀਦੀ ਫੌਜਾਂ ਆ ਕੇ ਉੱਥੇ ਹਾਜ਼ਰ ਹੋ ਗਈਆਂ ਜੀ, ਇਹ ਸਾਰੀਆਂ ਮਹਾਰਾਜ ਨੇ ਰੱਖੀਆਂ, ਮਹਾਰਾਜ ਦੇ ਚਰਨਾਂ ਵਿੱਚ ਹੈ, ਆਸੇ ਪਾਸੇ ਹੈ, ਸ਼ਹੀਦੀ ਫੌਜਾਂ ਆ ਕੇ ਹਾਜ਼ਰ ਹੋ ਗਈਆਂ, ਅਤੇ ਹੁਣ ਵੀ ਸ਼ਹੀਦੀ ਫੌਜਾਂ ਸਾਧ ਸੰਗਤ ਜੀ ਹਾਜ਼ਰ ਹੋ ਜਾਂਦੀਆਂ। ਸ਼ਹੀਦਾਂ ਦੀ ਕਲਾ ਆਪਣੀ ਹੈ ਇੱਕ ਕਿਸਮ ਦੀ, ਉਹ ਸ਼ਹੀਦੀ ਫੌਜਾਂ ਨੇ ਆ ਕੇ ਕਮਾਲਾਂ ਕਰ ਦਿੱਤੀਆਂ ਜੰਗ ਵਿੱਚ। ਹਾਂਜੀ, ਮੱਛੀ ਮਾਰ ਦੀਰਘ ਇੱਕ ਬਾਰੀ, ਮਰ ਮਰ ਪਰਤੇ ਪਾਏ ਪਸਾਰੀ, ਇੱਕੋ ਵਾਰ ਵੱਡੀ ਮਾਰ ਮੱਚ ਗਈ, ਮਰ ਮਰ ਕੇ ਪੈਰ ਪਸਾਰ ਕੇ ਲੰਮੇ ਪੈ ਰਹੇ ਪਹਾੜੀਏ, ਜਨ ਮਲੰਗ ਭੰਗ ਕੋ ਖਾਏ, ਮਾਨੋ ਮਲੰਗ ਭੰਗ ਖਾ ਕੇ ਲੇਟੇ ਹੁੰਦੇ ਹਨ, ਲਿਟਹੇ ਪਰੇ ਇਸ ਬਿਦ ਸਮਦਾਇ। ਇਸੇ ਤਰ੍ਹਾਂ ਹੀ ਪਹਾੜੀਆਂ ਦੀਆਂ ਫੌਜਾਂ ਲੰਮੇ ਪਈਆਂ ਹੋਈਆਂ, ਜਿਵੇਂ ਮਲੰਗ ਭੰਗ ਖਾ ਕੇ ਲੰਮੇ ਪੈ ਜਾਂਦਾ ਹੈ। ਸੁਬਟ ਤੁਰੰਗ ਮਰ ਖੇਤ ਮਝਾ, ਸੂਰਮੇ ਅਤੇ ਘੋੜੇ ਮਰ ਕੇ ਹੁਣ ਖੇਤ ਵਿੱਚ ਪਏ ਹੈ, ਸਭ ਪਹਾੜੀਆਂ ਦੀ ਫੌਜ 10,000 ਦੇ, ਉਹਨਾਂ ਵਿੱਚੋਂ ਬਹੁਤੀ ਰੁੰਡ ਮੁੰਡ ਕਰ ਦਿੱਤੀ ਹੈ ਖਾਲਸੇ ਨੇ, ਲੋਥਨ ਸੰਪੂਰਨ ਬਲ ਸਾਰਾ, ਲਾਸ਼ਾਂ ਹੀ ਲਾਸ਼ਾਂ ਪਈਆਂ ਉਹਨਾਂ ਦੁਸ਼ਟਾਂ ਪਾਪੀਆਂ ਦੀਆਂ। ਹਾਂਜੀ, ਸਭ ਗਿਰੇ ਸੁਰ ਓਜ ਲਗਾਏ, ਸਾਰੇ ਪਹਾੜੀ ਰਾਜਿਆਂ ਨੇ ਬਹੁਤ ਜ਼ੋਰ ਲਾਇਆ, ਪਰੀ ਭਾਜ ਕਿਮ ਪੱਗ ਨਾ ਜਮਾਏ, ਭੱਜ ਜਾਂਦੇ ਸਨ ਪੈਰ ਨਹੀਂ ਸੀ ਟਿਕਦੇ, ਗੱਜ ਕੇ ਆਖੋ ਵਾਹਿਗੁਰੂ। ਹੁਣ ਫਿਰ ਉਹ ਜਸਵਾਲੀਆ ਕੇ ਵਾਹਿਗੁਰੂ, ਭੂਪ ਚੰਦ ਹੰਡੂਰੀਆ ਕੇ, ਵਜ਼ੀਰ ਸਿੰਘ ਕੇ, ਚੰਬੇਲੀਆ ਕੇ, ਭੀਮ ਚੰਦ ਕੇ, ਸਾਰੇ ਪਹਾੜੀਏ ਪੁੱਠੇ ਪੈਰ ਵਾਪਸ ਭੱਜ ਗਏ ਰਾਜੇ। ਫਿਰ ਤੁਰੰਗ ਸਿਪਾਹਾਂ ਹਟਾਵੇ, ਫਿਰ ਘੋੜਿਆਂ ਨੂੰ ਤੇ ਸਿਪਾਹੀਆਂ ਨੂੰ ਮੋੜਦੇ, ਭਾਈ ਚਲੋ ਖਾਲਸਾ ਸਾਡੇ ਤੇ ਮੁੜ ਭਾਰੂ ਪੈ ਗਿਆ, ਮ੍ਰਿਗ ਸਮ ਭਾਜੇ ਕਿਵੇਂ ਅਟਕਾਵੇ, ਹੁਣ ਹਿਰਨਾ ਵਾਂਗ ਭੱਜੇ ਹੀ ਜਾਂਦੇ, ਭੱਜੇ ਹੀ ਜਾਂਦੇ, ਪਿੱਛਾ ਨੀ ਭੌਂਕੇ ਵੇਖਦੇ, ਖਾਲਸੇ ਨੇ ਵੀ ਹੁਣ ਥਾਂ ਨੀ ਛੱਡੀ, ਭਾਈ ਸਤਿਗੁਰੂ ਦਾ ਹੁਕਮ ਹੈ, ਵੇਖਦਿਆਂ ਵੇਖਦਿਆਂ ਸਾਰੇ ਪਹਾੜੀਏ ਭੱਜ ਗਏ। ਬਜੀ ਬੰਬ ਰਣਜੀਤ ਨਗਾਰੇ, ਗਰੀਬ ਨਵਾਜ ਸੱਚੇ ਪਾਤਸ਼ਾਹ ਉੱਤੇ ਵੇਖਣ ਦੇ ਪ੍ਰਸੰਨ ਹੋ ਗਏ, ਮਹਾਰਾਜ ਨੇ ਵੇਖਿਆ ਪਹਾੜੀਏ ਭੱਜ ਗਏ ਹੈ, ਖਾਲਸੇ ਦੀ ਜਿੱਤ ਹੋ ਗਈ ਹੈ। ਰਣਜੀਤ ਨਗਾਰੇ ਵਾਲੇ ਨੂੰ ਫਿਰ ਸਤਿਗੁਰੂ ਨੇ ਕਿਹਾ, ਮਹਾਰਾਜ ਕਹਿੰਦੇ ਭਾਈ ਹੁਣ ਜਿੱਤ ਦਾ ਨਗਾਰਾ ਵਜਾ ਦੇ। ਭਾਜੇ ਸ਼ਤਰੂ ਕੇਤਕ ਮਾਰੇ, ਕਈ ਵੈਰੀ ਭੱਜ ਗਏ, ਕਈ ਮਾਰੇ ਗਏ, ਖਾਲਸੇ ਦੀ ਮੁੜ ਜਿੱਤ ਹੋ ਗਈ। ਰੁੰਡ ਮੁੰਡ ਹੋਏ ਪਰੇ ਹਜ਼ਾਰਾਂ,
ਗਿਰਦਾ ਬਿਰਦਾ ਉਡ ਗਗਨ ਮਝਾਰਾ। ਸਾਧ ਸੰਗਤ ਜੀ ਇਸ ਤਰੀਕੇ ਨਾਲ ਰੁੰਡ ਮੁੰਡ ਕਰ ਦਿੱਤੇ ਗਏ, ਚੜੇ ਆਨੰਦਪੁਰ ਕੋ ਚੱਲ ਆਏ। ਹੁਣ ਫੌਜਾਂ ਵਾਪਸ ਆਨੰਦਪੁਰ ਸਾਹਿਬ ਨੂੰ ਆ ਪਈਆਂ ਹਨ। ਹਟੇ ਪਹਾੜੀ ਗਏ ਨਿਜ ਥਾਏ, ਪਹਾੜੀਏ ਆਪਣੇ ਥਾਂ ਤੇ ਪਹੁੰਚਣ ਲੱਗ ਪਏ। ਖਾਲਸਾ ਆਪਣੀ ਆਨੰਦਾਂ ਦੀ ਪੁਰੀ ਵਿੱਚ ਆ ਰਿਹਾ। ਸੋ ਇਸ ਤਰੀਕੇ ਦੇ ਨਾਲ ਆ ਜੰਗ ਤਾਂ ਕੁਝ ਹੀ ਸਮੇਂ ਵਿੱਚ ਮਹਾਰਾਜ ਨੇ ਮੁਕਾ ਦਿੱਤਾ ਜੀ। ਹਾਂਜੀ, ਵੇਖ ਲਓ ਪਹਾੜੀਆਂ ਨੂੰ ਮਹਾਰਾਜ ਕੁਝ ਕਹਿੰਦੇ ਸੀਗੇ, ਬਸ ਮਹਾਰਾਜ ਦੀ ਸੋਭਾ ਵੇਖ ਕੇ ਜਰਦੇ ਨਹੀਂ ਸੀ, ਈਰਖਾ ਨਹੀਂ ਸੀ ਕਰਦੇ, ਹਰ ਵਾਰ ਮੂੰਹ ਦੀ ਖਾਣੀ ਪੈਂਦੀ ਸੀਗੀ, ਪੱਲੇ ਨਹੀਂ ਸੀ ਕੁਝ ਰਹਿੰਦਾ ਸਾਧ ਸੰਗਤ ਜੀ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਪੂਰੇ ਨੇ, ਕਦੀ ਵੀ ਸਾਧ ਸੰਗਤ ਜੀ ਮਹਾਰਾਜ ਗਰੀਬ ਨਿਵਾਸ ਜੀ ਦੇ ਬਚਨਾਂ ਨੂੰ ਵਿਸਾਰਨਾ ਨਹੀਂ ਹੈ, ਮਹਾਰਾਜ ਜੀ ਦੇ ਬਚਨਾਂ ਨੂੰ ਚੇਤੇ ਰੱਖਣਾ, ਆਪਣੀ ਯਾਦ ਸ਼ਕਤੀ ਦੇ ਵਿੱਚ ਵਸਾ ਕੇ ਰੱਖਣਾ। ਭਾਵੇਂ ਸਮਾਂ ਕੈਸਾ ਵੀ ਚੱਲਦਾ ਹੋਵੇ, ਜਿਹੜਾ ਸਤਿਗੁਰੂ ਜੀ ਦੇ ਬਚਨ 'ਤੇ ਦ੍ਰਿੜ ਰਹੇਗਾ ਉਹਦੀ ਸਦਾ ਹੀ ਜਿੱਤ ਹੋਏਗੀ ਜੀ, ਉਹਦੀ ਕਦੀ ਹਾਰ ਨਹੀਂ ਹੋਏਗੀ। ਅਤੇ ਜਿਹੜਾ ਬਚਨ ਤੋਂ ਹੱਟ ਜਾਵੇ, ਭਾਵੇਂ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ, ਸਾਧ ਸੰਗਤ ਜੀ ਉਹਦੀ ਫਿਰ ਹਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਤ ਬਖਸ਼ਿਸ਼ ਕੀਤੀ ਹੈ। ਸੋ ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।